पता लग्या मन कि बनया कि इस आउटलेट तो गड्डी लईए क्योंकि आम तौर पर कोई भी गड्डी खरीदनी होती तो लोग डीलर को जाते हैं भी इतों गड्डी लई हुई ठीक है जी। इस तरह स्विफ्ट है, सिर्फ 140 किलोमीटर रनिंग हुई है जी। 140 किलोमीटर सिर्फ, बिल्कुल ब्रांड न्यू कार है जी। यानी ये घर ही मतलब जाके बंदा ते आ गया। दौरी केस ਦੇ ਵਿੱਚ ਗੱਡੀ ਗਈ ਸੀ ਔਰ ਗੱਡੀ ਵਾਪਸ ਆ ਗਈ ਹੈ। ਅੱਛਾ ਜੀ 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 140 ਕਿਲੋਮੀਟਰ ਚੱਲੀ ਗੱਡੀ ਹੈ। ਪਹਿਲਾਂ ਉਹਨਾਂ ਕੋ ਕੋਈ ਹੋਰ ਕਾਰ ਹੋਣੀ ਹੈ ਜਾਂ ਕਿਦਾਂ ਕਿ ਮਤਲਬ ਕੀ ਕਰਨਾ ਹੈ? ਉਹ NRI ਪਾਰਟੀ ਸੀ, ਉਹਨਾਂ ਨੇ ਗੱਡੀ ਲਈ ਹੈ, ਉਹਨਾਂ ਨੇ ਮੁੜ ਕੇ ਗੱਡੀ ਸਾਨੂੰ ਕਰਕੇ ਤਾਂ ਉਹਨਾਂ ਦੇ ਅਕਾਊਂਟ 'ਚ ਪੇਮੈਂਟ ਆਪਾਂ ਰਿਟਰਨ ਕਰ ਦਿੱਤੀ ਹੈ। ਠੀਕ ਹੈ ਜੀ। ਇਹ ਦਾਜ ਦੇ ਵਿੱਚੋਂ ਕਿਸੇ ਦੇ ਗੱਡੀ ਜਿਹੜੀ ਇੱਥੇ ਆਈ ਹੈ, ਦਰਸ਼ਕੋ ਦੇਖ ਲਓ ਜੇ ਕਿਸੇ ਦਾ ਮੰਨਦਾ ਤਾਂ ਸੰਪਰਕ ਨੰਬਰ ਵੀ ਦੇ ਦੇਣੇ ਆ ਅਸੀਂ ਲਾਸਟ ਦੇ ਵਿੱਚ, ਤੇ ਉੱਤੇ ਬਾਰਕੋਡ ਵੀ ਲੱਗਾ, ਡਾਕੂਮੈਂਟ ਪੂਰੇ ਮਿਲਣਗੇ। ਇਹਦੀ ਕੀਮਤ ਵੀ ਦੱਸ ਦਈਏ ਆਪਾਂ, ਕਿਉਂਕਿ ਗੱਡੀ ਜਿਹਨੂੰ ਡੀਲਰ ਆਮ ਭਾਸ਼ਾ 'ਚ ਕਹਿੰਦੇ ਨੇ ਆਂਡਾ ਪੀਸ ਆ। ਹਾਂਜੀ ਹਾਂਜੀ ਹਾਂਜੀ, 640, 6,40,000 ਰੁਪਈਆ ਦੀ ਕੀਮਤ ਹੈਗੀ ਹੈ। ਮਾਡਲ ਜਿੱਦਾਂ ਕਿ ਪੁੱਛਦੇ 2022 ਮਾਡਲ ਜੀ। ਅੱਛਾ ਜੀ, ਆਪਣੇ ਕੋਲ 2022 ਮਾਡਲ ਦੇ ਵਿੱਚ ਨਿਊ ਸ਼ੇਪ ਦੇ ਵਿੱਚ ਤੁਹਾਨੂੰ K10 ਵੀ ਮਿਲ ਜਾਏਗੀ, ਸਿਫਟ ਵੀ ਮਿਲ ਜਾਏਗੀ। ਨਵੇਂ ਮਾਡਲ 'ਚ ਨਵੀਂ ਸ਼ੇਪ ਦੇ ਵਿੱਚ ਹੈ ਨਾ ਜੀ? ਬਿਲਕੁਲ ਬਿਲਕੁਲ। ਕਰ ਰਹੇ ਨੇ 55,000 ਦੀ ਅਲਟੋ ਆਹ ਜਿਹੜੀ ਖੜੀ ਹੈ ਜੀ। ਜੀ ਜੀ, 55,000 ਰੁਪਏ ਦੀ ਅਲਟੋ ਜਿਹੜੀ ਆ ਉਹ ਤੁਹਾਨੂੰ ਮਿਲ ਜਾਣੀ ਆ। ਹੁਣ ਇਹਦੇ ਵਿੱਚ ਵੀ ਆਪਾਂ ਕਹਿ ਸਕਦੇ ਵੀ ਕਸਟਮਰ ਨੂੰ ਦੱਸ ਕੇ ਦੇਵਾਂਗੇ ਕਿਉਂ 55,000 ਦੀ ਹੈ, ਕਿਉਂਕਿ 55,000 ਦਾ ਤਾਂ ਸਕੂਟਰ ਵੀ ਨਹੀਂ ਹੁੰਦਾ ਅੱਜ ਕੱਲ੍ਹ। ਆਹ ਦੇਖ ਲਓ ਜੀ, ਸਕਰੀਨ ਦੇ ਉੱਤੇ 55,000 ਦੀ ਗੱਡੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ ਅਤੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਵੀਡੀਓ ਨਵੀਂ ਲੈ ਕੇ। ਅਤੇ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਹਾਂ, ਇਹ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਹੈ ਉਹ ਜੁੜੀ ਹੋਈ ਹੈ ਸਿੱਧਾ ਤੁਹਾਡੀ ਜੇਬ ਦੇ ਨਾਲ, ਤੁਹਾਡੇ ਬਜਟ ਦੇ ਨਾਲ। ਅੱਜ ਅਸੀਂ ਇੱਕ ਵਾਰੀ ਫਿਰ ਤੋਂ ਪਹੁੰਚੇ ਹਾਂ ਮਾਰੂਤੀ ਸੁਜ਼ੂਕੀ ਦੇ ਇੱਕ ਦੂਸਰੇ ਆਊਟਲੈਟ ਦੇ ਉੱਤੇ ਜਿਹਦਾ ਨਾਂ ਹੈ ਟਰੂ ਵੈਲਿਊ। ਮੇਰੇ ਪਿੱਛੇ ਬੋਰਡ ਵੀ ਲੱਗਾ ਹੋਇਆ ਹੈ, ਤੁਹਾਨੂੰ ਨਾਲ ਦੀ ਨਾਲ ਤਕਨੀਕੀ ਟੈਕਨੀਕਲ ਟੀਮ ਵੀ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰੇਗੀ। ਟਰੂ ਵੈਲਿਊ ਉਹ ਜਗ੍ਹਾ ਹੈ, ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਦੱਸ ਦਵਾਂ, ਫਿਰ ਟੀਮ ਦੇ ਨਾਲ ਇੱਥੋਂ ਦੇ ਜਿਹੜੇ ਸਟਾਫ ਦੇ ਨਾਲ ਗੱਲਬਾਤ ਕਰਾਂਗੇ, ਜਿੱਥੇ ਤੁਸੀਂ ਆਪਣੀ ਪੁਰਾਣੀ ਗੱਡੀ, ਵਰਤੀ ਹੋਈ ਗੱਡੀ, ਯੂਜ਼ਡ ਗੱਡੀ ਜਿਹੜੀ ਹੈ ਉਹ ਇੱਥੇ ਵੇਚ ਵੀ ਸਕਦੇ ਹੋ ਅਤੇ ਇੱਥੋਂ ਖਰੀਦ ਵੀ ਸਕਦੇ ਹੋ ਯੂਜ਼ਡ ਕਾਰਾਂ, ਨਵੀਆਂ ਕਾਰਾਂ ਦੇ ਲਈ। ਮਾਰੂਤੀ ਸੁਜ਼ੂਕੀ ਦਾ ਸ਼ੋਰੂਮ ਜਿਹੜਾ ਇਸੇ ਰੋਡ ਦੇ ਉੱਤੇ ਅੱਗੇ ਹੈਗਾ, ਅਤੇ ਜੇਕਰ ਤੁਸੀਂ ਯੂਜ਼ਡ ਗੱਡੀ ਵੇਚਣੀ ਹੈ ਜਾਂ ਖਰੀਦਣੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਆ ਸਕਦੇ ਹੋ। ਤਾਂ ਇੱਥੇ ਆਉਣ ਦਾ ਜਿਹੜਾ ਵੱਡਾ ਕਾਰਨ ਉਹ ਇਹ ਹੈ ਕਿ ਇੱਥੇ ਸਰਟੀਫਾਈਡ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਇੰਜੀਨੀਅਰ ਹੁੰਦੇ ਨੇ, ਇਹਨਾਂ ਦੀ ਟੈਕਨੀਕਲ ਟੀਮ ਹੁੰਦੀ ਹੈ, ਉਹਨਾਂ ਵੱਲੋਂ ਪਰਖੀਆਂ ਹੋਈਆਂ ਗੱਡੀਆਂ ਉਹਨਾਂ ਨੂੰ ਨੰਬਰ ਦਿੱਤੇ ਹੁੰਦੇ ਨੇ ਵੀ ਗੱਡੀ ਦੇ ਕਿੰਨੇ ਪੁਆਇੰਟ ਨੇ, ਕਿੰਨੇ ਨੰਬਰ ਨੇ। ਹਰ ਗੱਡੀ ਜਿਹੜੀ ਇੱਥੇ ਖੜੀ ਉਹਦੇ ਸ਼ੀਸ਼ੇ ਦੇ ਉੱਤੇ ਸਟਿੱਕਰ ਲੱਗਾ, ਉਹਦੀ ਵੈਲਿਊ ਕੀ ਹੈ, ਚੱਲੀ ਕਿੰਨੀ ਹੈ, ਪੂਰੀ ਤਰ੍ਹਾਂ ਚੈੱਕ ਕਰਕੇ ਗੱਡੀ ਜਿਹੜੀ ਆ ਉਹ ਖਰੀਦੀ ਜਾਂਦੀ ਹੈ ਜਾਂ ਵੇਚੀ ਜਾਂਦੀ ਹੈ। ਅਤੇ ਬਜਟ ਤੁਹਾਡੇ ਦੇ ਵਿੱਚ ਜਿਹੜੀ ਵੀ ਗੱਡੀ ਚਾਹੀਦੀ ਹੈ, ਹਰੇਕ ਗੱਡੀ, ਇਹ ਨਹੀਂ ਕਿ ਮਾਰੂਤੀ ਸੁਜ਼ੂਕੀ ਦੀ ਕਾਰ ਜਿਹੜੀ ਉਹੀ ਤੁਹਾਨੂੰ ਉੱਥੇ ਮਿਲਣੀ ਹੈ। ਪਿਛਲੀ ਵੀਡੀਓ ਜਿਹੜੀ ਸੀ, ਬਹੁਤ ਸਾਰਾ ਤੁਹਾਡੇ ਵੱਲੋਂ ਪਿਆਰ ਮਿਲਿਆ, ਹੁੰਗਾਰਾ ਮਿਲਿਆ, ਉਹਦੇ ਲਈ ਸ਼ੁਕਰਾਨਾ ਕਰਦੇ ਹਾਂ, ਕਿਉਂਕਿ ਤੁਸੀਂ ਸਾਡਾ ਪਰਿਵਾਰ ਹੋ ਅਤੇ ਚੰਗੀਆਂ ਵੀਡੀਓਜ਼ ਲੈ ਕੇ ਆਈਏ, ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ। ਅਤੇ ਵੀਡੀਓ ਸ਼ੁਰੂ ਕਰੀਏ, ਇੱਥੋਂ ਦੇ ਸਟਾਫ ਦੇ ਨਾਲ ਗੱਲ ਕਰੀਏ। ਭਾਜੀ ਮਨਦੀਪ ਹੁਣੀ ਫਿਰ ਸਾਡੇ ਨਾਲ ਨੇ, ਉਸ ਤੋਂ ਪਹਿਲਾਂ ਤੁਹਾਨੂੰ ਫਿਰ ਗੁਜ਼ਾਰਿਸ਼ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਫੇਸਬੁੱਕ ਦੇ ਪੇਜ ਦੇ ਉੱਤੇ ਜਾਂ ਯੂਟਿਊਬ ਦੇ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ, ਸਬਸਕ੍ਰਾਈਬ, ਫੋਲੋ ਕਰਕੇ ਬੈਲ ਵਾਲਾ ਘੰਟੀ ਵਾਲਾ ਆਈਕਨ, ਨੋਟੀਫਿਕੇਸ਼ਨ ਜਾਣੀ ਕਿ ਜ਼ਰੂਰ ਔਨ ਕਰ ਲੈਣਾ, ਕਿਉਂਕਿ ਅਸੀਂ ਚੰਗੀਆਂ ਵੀਡੀਓਜ਼ ਲੈ ਕੇ ਆਉਣ ਦੇ ਯਤਨ ਕਰਦੇ ਹਾਂ। ਬੇਫ ਸੋ ਗੱਲਬਾਤ ਕਰਦੇ ਹਾਂ, ਮਨਦੀਪ ਜੀ ਸਾਡੇ ਨਾਲ ਨੇ। ਪਿਛਲੀ ਵਾਰੀ ਬਹੁਤ ਸਾਰੇ ਤੁਹਾਡੇ ਕਮੈਂਟਸ ਦੇ ਵਿੱਚ ਸਵਾਲ ਆਏ ਸੀਗੇ, ਉਹ ਸਵਾਲਾਂ ਦੇ ਜਵਾਬ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਵਿਜ਼ਿਟ ਕਿਵੇਂ ਕਰਨਾ ਹੈ, ਲੋਕੇਸ਼ਨ ਕੀ ਹੈ, ਉਹ ਵੀ ਦੁਹਰਾ ਦੇਵਾਂਗੇ। ਸਵਾਗਤ ਕਰਦੇ ਹਾਂ ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਪਣੇ ਬਾਰੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਫਿਰ ਤੋਂ ਪਰਿਚੇ ਦੇ ਦਿਓ ਜੀ। ਮੈਂ ਜੀ ਇੱਥੋਂ ਟਰੂ ਵੈਲਿਊ ਤੋਂ ਬਿਲੋਂਗ ਕਰਦਾ ਹਾਂ, ਬਤੌਰ ਮੈਨੇਜਰ ਇੱਥੇ ਜੋਬ ਕਰਦੇ ਹੈਗੇ ਹਾਂ। ਆਪਣੇ ਕੋਲ ਅਪਰੋਕਸੀਮੇਟਲੀ ਜਿਹੜੀ ਹੈਗਾ 40 ਬੰਦਿਆਂ ਦਾ ਸਟਾਫ ਹੈਗਾ, ਜਿਹਦੇ ਵਿੱਚ ਸਾਡੇ ਕੋਲ ਇੱਕ ਵੱਖ ਵੱਖ ਡਿਪਾਰਟਮੈਂਟ ਦੀ ਵੱਖ ਵੱਖ ਟੀਮ ਆ। ਕੁਝ ਬੰਦੇ ਸਾਡੇ ਅਵੈਲੂਏਟਰ ਆ, ਜਿਹੜੀ ਪਰਚੇਜ ਟੀਮ ਹੈ, ਕੁਝ ਬੰਦੇ ਸੇਲ ਟੀਮ ਦੇ ਹੈਗੇ ਆ। ਸਾਡੇ ਇੱਥੇ ਵੱਖ ਵੱਖ, ਮੈਂ ਗੋਬਿੰਦ ਜੀ ਤੁਹਾਨੂੰ ਦੱਸਣਾ ਚਾਹੁੰਦਾ, ਵੱਖ ਵੱਖ ਡਿਪਾਰਟਮੈਂਟ ਵੰਡੇ ਹੋਏ ਆ। ਜਿੱਦਾਂ ਕੁਝ RF ਕੋਆਰਡੀਨੇਟਰ, ਵਾਸ਼ਰਮੈਨ, RC ਕੋਆਰਡੀਨੇਟਰ, ਫਾਈਨਾਂਸ ਐਗਜੀਕਿਊਟਿਵ, ਠੀਕ ਹੈ ਜੀ, EDP ਐਂਡ ਕਸਟਮਰ ਕੇਅਰ ਐਗਜੀਕਿਊਟਿਵ। ਇਹ ਸਾਰੇ ਡਿਪਾਰਟਮੈਂਟ ਬਲੱਕ ਵੱਖ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਦਾ ਵਰਕ ਹੈਗਾ। ਤੁਹਾਨੂੰ ਇਹਨਾਂ ਨਾਲ ਮਿਲਾਵਾਂਗਾ ਵੀ ਔਰ ਕੰਮ ਵੀ ਕਰੀਏ। ਡਿਲੀਵਰੀ ਜਿਹੜੀ ਅੱਜ ਹੋ ਰਹੀ ਹੈ ਕਸਟਮਰ ਨੇ ਜੀ। ਜੀ ਜੀ ਜੀ, ਗੱਲਬਾਤ ਕਰ ਰਹੀ ਹੈ ਜੀ। ਭਾਅ ਜੀ ਕੀ ਹਾਲ ਚਾਲ ਆ ਜੀ?
ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਗੱਡੀ ਖਰੀਦੀ ਹੈ ਤੁਸੀਂ ਗੱਲਬਾਤ ਮੈਂ ਕਿਹਾ ਭਾਜੀ ਨਾਲ ਕਰੀਏ ਨਾਲੇ ਵਧਾਈਆਂ ਵੀ ਸਭ ਤੋਂ ਪਹਿਲਾਂ ਮੁਬਾਰਕਾਂ ਭਾਜੀ ਕਿੱਦਾਂ ਇੱਥੇ ਗੱਡੀ ਲੈਣ ਆਏ ਹੋ ਕਿੱਦਾਂ ਪਤਾ ਲੱਗਿਆ ਸੀਗਾ ਅਤੇ ਮਨ ਕਿੱਦਾਂ ਬਣਿਆ ਕਿ ਇਸ ਆਊਟਲੈਟ ਤੋਂ ਗੱਡੀ ਲਈਏ ਕਿਉਂਕਿ ਆਮ ਤੌਰ 'ਤੇ ਕੋਈ ਵੀ ਗੱਡੀ ਖਰੀਦਣੀ ਹੁੰਦੀ ਤਾਂ ਲੋਕ ਡੀਲਰ ਕੋਲ ਜਾਂਦੇ ਨੇ ਨਹੀਂ ਅਸੀਂ ਪਹਿਲਾਂ ਵੀ ਇੱਥੋਂ ਖਰੀਦੀ ਗੱਡੀ ਅੱਛਾ ਪਹਿਲੀ ਵੀ ਤੁਸੀਂ ਇੱਥੋਂ ਗੱਡੀ ਲਈ ਹੋਈ ਅੱਛਾ ਜੀ ਅਤੇ ਹੁਣ ਦੂਜੀ ਵੀ ਇੱਥੋਂ ਲੈ ਲਈ ਅੱਛਾ ਜੀ ਜਿਹੜੀ ਪਹਿਲਾਂ ਲਈ ਸੀ ਉਹ ਕਿੱਦਾਂ ਠੀਕ ਆ ਗੱਡੀ ਆਮ ਤੌਰ 'ਤੇ ਜ਼ਿਆਦਾਤਰ ਸ਼ਿਕਾਇਤ ਹੋ ਜਾਂਦੀ ਕਿ ਬਾਅਦ 'ਚ ਐਕਸਲ ਦਾ ਕੰਮ ਕਰਵਾਉਣਾ ਪੈ ਗਿਆ ਸਟੀਅਰਿੰਗ ਦਾ ਕੰਮ ਕਰਵਾਉਣਾ ਪੈ ਗਿਆ ਅਸੀਂ ਲਈ ਦੀ ਜਿਹੜੀ ਖਰੀ ਆ ਜਿਹਦਾ ਕੰਮ ਕਰਵਾਉਣਾ ਨਾ ਪਵੇ ਆਹ ਵੀ ਹੁਣ ਦੇਖ ਲਾ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਆ ਭਰੋਸਾ ਕਿੰਨਾ ਕੁ ਕਰ ਸਕਦੇ ਆਪਾਂ ਨਹੀਂ ਵਧੀਆ ਗੱਡੀਆਂ ਵੀ ਵਧੀਆ ਸਭ ਕੁਝ ਵਧੀਆ ਬੰਦੇ ਬਹੁਤ ਚੰਗੇ ਆ ਜਿਹੜੇ ਬੜੀ ਰਿਸਪੈਕਟ ਕਰਦੇ ਆ ਵਧੀਆ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਇੰਜੋਏ ਕਰੋ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਸ਼ੁਭ ਸ਼ਾਮਾਂ ਮਨਦੀਪ ਜੀ ਗੁਸਤਾਖੀ ਕਿ ਥੋੜ੍ਹੀ ਜਿਹੀ ਗੱਲਬਾਤ ਉੱਧਰ ਕਰਨ ਚਲੇ ਗਏ ਸੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੁਸੀਂ ਦੱਸ ਰਹੇ ਸੀ ਗੱਲ ਜਾਰੀ ਕਰੋ ਜੀ ਮੈਂ ਇਹ ਦੱਸਣਾ ਚਾਹੁੰਦਾ ਸਾਡੇ ਕੋਲ ਵੱਖ ਵੱਖ ਡਿਪਾਰਟਮੈਂਟ ਦੇ ਅਕੋਰਡਿੰਗ ਹੈਗਾ ਜਿਵੇਂ ਇੱਕ ਫਾਈਨਾਂਸ ਐਗਜੀਕਿਊਟਿਵ ਹੈਗਾ ਅਗਰ ਕਸਟਮਰ ਦੀ ਫਾਈਨਾਂਸ ਦੀ ਫੈਸਿਲਿਟੀ ਦਿੰਦੇ ਹਾਂ ਉਹਨੂੰ ਨੈਸ਼ਨਲਾਈਜ਼ ਬੈਂਕ ਅਤੇ ਪ੍ਰਾਈਵੇਟ ਸੈਕਟਰ ਦੋਨੇ ਤਰ੍ਹਾਂ ਦੇ ਫਾਈਨਾਂਸ ਹੀ ਕਰਦੇ ਹੈਗੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਸਾਡੇ ਕੋਲ ਪਰਟੀਕੁਲਰ ਇੱਕ ਬੰਦਾ ਹੈਗਾ ਜਿਹੜਾ ਕੰਮ ਹੈਗਾ ਆਰ ਸੀ ਟ੍ਰਾਂਸਫਰ ਕਰਕੇ ਦੇਣਾ ਹੈਗਾ ਅਸੀਂ ਕੋਈ ਵੀ ਕਾਰ ਜਿਹੜੀ ਹੈ ਵਿਦਆਊਟ ਆਰ ਸੀ ਟ੍ਰਾਂਸਫਰ ਨਹੀਂ ਸੇਲ ਕਰਦੇ ਹੈਗੇ ਹਾਂ ਯਾਨੀ ਕਿ ਇੱਕੋ ਛੱਤ ਥੱਲੇ ਸਾਰਾ ਕੰਮ ਹੋ ਜਾਣਾ ਜੀ ਕਈ ਵਾਰੀ ਹੁੰਦਾ ਵੀ ਆਹ ਚੀਜ਼ ਉੱਥੋਂ ਕਰਾ ਲਿਓ ਜੀ ਫੋਟੋ ਕਾਪੀ ਇੱਧਰੋਂ ਕਰਾ ਲਿਓ ਜੀ ਕਿਲੋਮੀਟਰ ਤੋਂ ਹੈ ਨਾ ਇੱਦਾਂ ਦੀਆਂ ਕਿ ਦਿੱਕਤਾਂ ਆਉਂਦੀਆਂ ਨੇ ਸਾਡੇ ਕੋਲ ਫੁੱਲ ਡਿਪਾਰਟਮੈਂਟ ਖਾਸ ਤੌਰ 'ਤੇ ਜਦੋਂ ਯੂਜ਼ਡ ਗੱਡੀ ਲੈਣੀ ਹੁੰਦੀ ਹੈ ਫੁੱਲ ਡਿਪਾਰਟਮੈਂਟ ਹੈਗਾ ਹਰੇਕ ਚੀਜ਼ ਇੱਕੋ ਛੱਤ ਦੇ ਇੱਥੇ ਥੱਲੇ ਹੀ ਹੈਗੀ ਠੀਕ ਆ ਜੀ ਪਿਛਲੀ ਵਾਰੀ ਨਾ ਮਨਦੀਪ ਜੀ ਕੁਛ ਚੀਜ਼ਾਂ ਰਹਿ ਗਈਆਂ ਸੀ ਵੀਡੀਓ ਵੀ ਲੰਬੀ ਹੋ ਗਈ ਸੀਗੀ ਤਾਂ ਸਾਡੀ ਕੋਸ਼ਿਸ਼ ਹੁੰਦੀ ਵੀ ਦਰਸ਼ਕਾਂ ਦਾ ਸਮਾਂ ਘੱਟ ਸਮੇਂ 'ਚ ਜ਼ਿਆਦਾ ਜਾਣਕਾਰੀਆਂ ਦੇ ਸਕੀਏ ਤੁਹਾਡਾ ਵੀ ਸਮਾਂ ਬਹੁਤ ਕੀਮਤੀ ਹੁੰਦਾ ਅਤੇ ਕੁਛ ਰੇਟ ਦੀਆਂ ਗੱਲਾਂ ਦਰਸ਼ਕਾਂ ਦੇ ਬੜੇ ਸਵਾਲ ਆਏ ਸੀਗੇ ਵੀ ਸਾਨੂੰ ਰੇਟ ਨਹੀਂ ਪਤਾ ਲੱਗੇ ਕਿਉਂਕਿ ਆਪ ਆਉਣਾ ਹਰ ਕਿਸੇ ਦੇ ਲਈ ਸੰਭਵ ਨਹੀਂ ਹੁੰਦਾ ਅਤੇ ਰੇਟ ਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਬੋਰਡ ਪੜ੍ਹਿਆ ਜਿਹੜਾ ਪਿਛਲੀ ਵਾਰੀ ਪੜ੍ਹਨਾ ਰਹਿ ਗਿਆ ਸੀ ਸੰਡੇ ਓਪਨ ਕਿ ਸੱਚਮੁੱਚ ਸੰਡੇ ਓਪਨ ਹੁੰਦਾ ਕਿ ਜਾਂ ਪਹਿਲਾਂ ਹੀ ਲਗਾ ਰੱਖਿਆ ਸੰਡੇ ਫੁੱਲ ਫਲੈਜ ਸਟਾਫ ਤਾਂ ਨਹੀਂ ਹੁੰਦਾ ਲੇਕਿਨ ਫਿਰ ਵੀ 4 ਤੋਂ 5 ਇੰਪਲੋਈ ਸਾਡੇ ਆਉਂਦੇ ਹੈਗੇ ਆ ਔਰ ਸੰਡੇ ਹਰੇਕ ਸਰਵਿਸ ਜਿਹੜੀ ਸਾਡੀ ਅਵੇਲੇਬਲ ਹੁੰਦੀ ਹੈਗੀ ਆ ਮੈਂ ਕਸਟਮਰ ਨੂੰ ਇਹ ਦੱਸਣਾ ਚਾਹੁੰਦਾ ਹੈਗਾ ਵੀ ਸਾਡੀ ਹਰੇਕ ਕਾਰ ਦੇ ਉੱਤੇ ਲਾਸਟ ਟਾਈਮ ਵੀ ਦੱਸਿਆ ਜੀ ਇੱਕ ਸਪੈਕ ਸ਼ੀਟ ਲੱਗੀ ਹੁੰਦੀ ਆ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਸਪੈਕ ਸ਼ੀਟ ਲੱਗੀ ਹੋਏਗੀ ਜੀ 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 ਇਹਦੇ ਉੱਤੇ ਇੱਕ ਬਾਰਕੋਡ ਲੱਗਾ ਹੋਇਆ ਜੀ ਜੀ ਬਾਰਕੋਡ ਤੇ ਜ਼ੂਮ ਕਰਕੇ ਦੇਖ ਸਕਦੇ ਹੋ ਤੁਸੀਂ ਜ਼ੂਮ ਕਰ ਦਿਓ ਚੇਤਨ ਜੀ ਅੱਛਾ ਜੀ ਇਹ ਬਾਰਕੋਡ ਦਾ ਤੁਸੀਂ ਪਿਛਲੀ ਵਾਰੀ ਵੀ ਦੱਸਿਆ ਸੀ ਇੱਕ ਵਾਰੀ ਬਾਰਕੋਡ ਦੇ ਉੱਤੇ ਸਕੈਨ ਕਰਕੇ ਜੀ ਕਾਰ ਦੀ ਸਾਰੀ ਇਨਫੋਰਮੇਸ਼ਨ ਨਿਕਲ ਆਉਂਦੀ ਆ ਜੀ ਕਾਰ ਦੀ ਕੀ ਰੇਟਿੰਗ ਹੈਗੀ ਆ ਕੀ ਕਾਰ ਦੀ ਪ੍ਰਾਈਸ ਆ ਕਿੰਨੇ ਕਿਲੋਮੀਟਰ ਕਾਰ ਚੱਲੀ ਹੋਈ ਹੈਗੀ ਆ ਇਹਦੀ ਸਰਵਿਸ ਹਿਸਟਰੀ ਕੀ ਹੈਗੀ ਆ ਇਹ ਸਾਰਾ ਰਿਕਾਰਡ ਜਿਹੜਾ ਹੈਗਾ ਇਸ ਬਾਰਕੋਡ ਤੋਂ ਨਿਕਲ ਜਾਂਦਾ ਅਤੇ ਇੱਕ ਰੇਟ ਦੀ ਬੜੀ ਗੱਲ ਆਉਂਦੀ ਆ ਮਨਦੀਪ ਜੀ ਵੀ ਕਿੱਥੋਂ ਕੁ ਸ਼ੁਰੂ ਹੁੰਦੀਆਂ ਗੱਡੀਆਂ ਕਿਹੜੇ ਬ੍ਰਾਂਡ ਦੀਆਂ ਹੁੰਦੀਆਂ ਕਈਆਂ ਨੂੰ ਵੀ ਭੁਲੇਖਾ ਹੈਗਾ ਕਿ ਮਾਰੂਤੀ ਦਾ ਆਊਟਲੈਟ ਹੈਗਾ ਆ ਕਿਉਂਕਿ ਲਿਖਿਆ ਹੋਇਆ ਮਾਰੂਤੀ ਸੁਜ਼ੂਕੀ ਤਾਂ ਸ਼ਾਇਦ ਇੱਥੇ ਮਾਰੂਤੀ ਦੀਆਂ ਕਾਰਾਂ ਮਿਲਦੀਆਂ ਨੇ ਆਪਾਂ ਉਹ ਵੀ ਗੱਲ ਦਰਸ਼ਕਾਂ ਨੂੰ ਦੱਸ ਦਈਏ ਦੇਖੋ ਇੱਥੇ ਮਾਰੂਤੀ ਦੀ ਗੱਡੀ ਵੀ ਮਿਲਣੀ ਆ ਨੌਨ ਮਾਰੂਤੀ ਕਾਰ ਵੀ ਮਿਲਣੀ ਹੈਗੀ ਦੋਨੇ ਤਰ੍ਹਾਂ ਦੀ ਕਾਰਾਂ ਅਵੇਲੇਬਲ ਹੈਗੀਆਂ ਨੇ ਬੇਸਿਕਲੀ ਵੈਸੇ ਸਾਡਾ ਮੋਟੇ ਮਾਰੂਤੀ ਨੂੰ ਜ਼ਿਆਦਾ ਕਿਉਂਕਿ ਅਸੀਂ ਮਾਰੂਤੀ ਦੇ ਅਸਰਾਈ ਡੀਲਰਸ਼ਿਪ ਤੋਂ ਹੈਗਾ ਸਾਡੇ ਕੋਲ ਮਾਰੂਤੀ ਦਾ ਅਸਰਾਈ ਲਾਇਸੈਂਸ ਹੈਗਾ ਹੈਗਾ ਕਿਉਂਕਿ ਮਾਰੂਤੀ ਦੇ ਕਾਰ ਦੇ ਹੀ ਉੱਤੇ ਆਪਾਂ ਵਾਰੰਟੀ ਦਿੰਦੇ ਹੈਗੇ ਹਾਂ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਵੀ ਆਪਾਂ ਬੋਰਡ ਵੀ ਲਾਇਆ ਹੈਗਾ ਵੀ ਸਾਡੀ ਜਿਹੜੀ ਹੈਗੀ ਟੀ ਵੀ ਕਾਰ ਆ ਉੱਤੇ 1 ਸਾਲ ਦੀ ਵਾਰੰਟੀ ਔਰ 3 ਫ੍ਰੀ ਸਰਵਿਸ ਆ ਜਿੱਦਾਂ ਕਿ ਤੁਸੀਂ ਨਵੀਂ ਕਾਰ ਦੇ ਉੱਤੇ ਲੈਂਦੇ ਹੈਗੇ ਆ ਸੇਮ ਪ੍ਰੋਸੀਜਰ ਹੈਗਾ ਇਹਦੇ 'ਤੇ ਵੀ 1 ਸਾਲ ਦੀ ਵਾਰੰਟੀ ਔਰ 3 ਫ੍ਰੀ ਸਰਵਿਸ ਆਪਾਂ ਦਿੰਦੇ ਹੈਗੇ ਆ ਕਸਟਮਰ ਨੂੰ ਨਵੀਂ ਗੱਡੀ ਵਾਂਗੂ ਸਹੂਲਤਾਂ ਨਵੀਂ ਗੱਡੀ ਵਾਂਗੂ ਕਾਰ ਬੜੀਆਂ ਨਵੀਆਂ ਬਿਲਕੁਲ ਨਵੀਆਂ ਨੇ ਕੋਰ ਜਿੱਦਾਂ ਵੀ ਚੱਲੀਆਂ ਨਹੀਂ ਹੁੰਦੀਆਂ ਮੇਰੇ ਕੈਮਰਾ ਸਹਿਯੋਗੀ ਮੇਰਾ ਵੀਰ ਵੀ ਹੈ ਛੋਟਾ ਚੇਤਨ ਕਹਿੰਦਾ ਵੀ ਭਾਅ ਜੀ ਲੱਗਦਾ ਵੀ ਗੱਡੀਆਂ ਚਲਾਈਆਂ ਨੇ ਉੱਦੇ ਖੜੀਆਂ ਕੀਤੀਆਂ ਵੀ ਨਵੀਆਂ ਤਾਂ ਨਹੀਂ ਵੀ ਸ਼ਾਇਦ ਇੱਥੇ ਵੀ ਨਵੀਆਂ ਵੀ ਦਿੰਦੇ ਆ ਇਹ ਕੀ ਇੰਨੀਆਂ ਸਾਫ਼ ਗੱਡੀਆਂ ਕਿਉਂ ਆ ਜਾਂਦੀਆਂ ਤੁਹਾਡੇ ਕੋਲ ਕਸਟਮਰ ਦੀ ਡਿਮਾਂਡ ਆ ਜੀ ਸਾਡਾ ਜਿਹੜਾ ਕੰਮ ਆ ਅਸੀਂ 2 ਤਰ੍ਹਾਂ ਗੱਡੀ ਪਰਚੇਜ ਕਰਦੇ ਹੈਗੇ ਆ ਜੀ ਜਿੱਦਾਂ ਹੁਣ ਸਾਡੇ ਨਵੇਂ ਨਵੇਂ ਮਾਰੂਤੀ ਬ੍ਰਾਂਡ ਲਾਂਚ ਕਰਦੀ ਆ ਜੀ ਵੀ ਗ੍ਰੈਂਡ ਵਿਟਾਰਾ ਲਾਂਚ ਹੋਈ ਹੈਗੀ ਆ ਠੀਕ ਹੈ ਜੀ ਨਿਊ ਵਿਟਾਰਾ ਬਰੀਜਾ ਲਾਂਚ ਹੋਈ ਆ ਉਹਦੇ ਨਾਲ ਆਪਾਂ ਐਕਸਚੇਂਜ ਵੀ ਕਰ ਲੈਂਦੇ ਆ ਔਰ ਸੈਕੰਡਲੀ ਆਪਾਂ ਜਿਹੜੀ ਆ ਡਾਇਰੈਕਟ ਪਰਚੇਜ ਦੇ ਵਿੱਚ ਵੀ ਆਪਾਂ ਕਾਰ ਖਰੀਦਦੇ ਹੈਗੇ ਆ ਜੀ ਡਾਇਰੈਕਟ ਪਰਚੇਜ ਦੇ ਵਿੱਚ ਇਹ ਹੁੰਦਾ ਹੈਗਾ ਵੀ ਅਸੀਂ ਡੀਲਰ ਵਾਂਗੂ ਕੋਈ ਕੈਸ਼ ਪੇਮੈਂਟ ਨਹੀਂ ਕਰਦੇ ਸਾਡੇ ਅਕਾਊਂਟ 'ਚ ਹੀ ਕਸਟਮਰ ਦੇ ਪੇਮੈਂਟ ਕਰਦੇ ਹੈਗੇ ਆ ਔਰ ਰਾਈਟ ਵੈਲਿਊ ਲਈ ਦੀ ਹੈਗੀ ਆ ਇਸ ਕਰਕੇ ਜਿਹੜੀਆਂ ਸਾਡੇ ਕੋਲ ਜਿਹੜੀ ਕਾਰ ਹੈਗੀ ਆ ਜ਼ਿਆਦਾ ਆਉਂਦੀ ਹੈਗੀ ਜੀ ਆਪਾਂ ਹੁਣ ਇੱਧਰਲੇ ਪਾਸੇ ਜਾ ਕੇ ਕੋਈ ਗੱਡੀਆਂ ਵੀ ਦਿਖਾਉਣੀਆਂ ਆ ਕਿਹਾ ਚੇਤਨ ਜੀ ਆ ਜਾਓ ਅੱਗੇ ਅਤੇ ਇੱਕ ਵਧੀਆ ਲੱਗੀ ਸੀ ਮੈਨੂੰ ਸਭ ਤੋਂ ਜਿਹੜੀ ਖਾਸ ਮੈਨੂੰ ਚੰਗੀ ਲੱਗੀ ਗੱਲ ਵੀ ਤੁਸੀਂ ਪਿਛਲੀ ਵਾਰੀ ਸਾਡੀ ਜਦੋਂ ਆਪਾਂ ਗੱਲਬਾਤ ਤੁਹਾਡੇ ਨਾਲ ਕੀਤੀ ਤੁਸੀਂ ਦੱਸਿਆ ਸੀਗਾ ਕਿ ਗੱਡੀ ਜਿਹੜੀ ਇਹਦੀ ਬੁਕਿੰਗ ਕਰਵਾਉਂਦੇ ਹਾਂ ਮੰਨ ਲਓ ਮੈਂ ਆ ਕੇ 10,000 ਰੁਪਏ ਦੀ ਗੱਡੀ ਦੀ ਬੁਕਿੰਗ ਕਰਵਾ ਦਿੱਤੀ ਪਰ ਮੈਨੂੰ ਕੋਈ ਘਰ 'ਚ ਐਮਰਜੈਂਸੀ ਪੈ ਗਈ ਜਾਂ ਮੇਰਾ ਮਨ ਬਦਲ ਗਿਆ ਜਾਂ ਮੈਂ ਨਵੀਂ ਲੈਣ ਲੱਗਾ ਬਹੁਤ ਸਾਰੇ ਕਾਰਨ ਆ ਉਹ ਚਰਚਾ ਉਹ ਵੱਖਰੀ ਹੋ ਜਾਣੀ ਵੀ ਜੇ ਮੇਰਾ ਮਨ ਬਦਲ ਗਿਆ ਤਾਂ ਮੈਂ ਚਾਹਵਾਂ
ਆਫਟਰ ਬੁਕਿੰਗ ਤੁਸੀਂ ਕੈਂਸਲੇਸ਼ਨ ਸਾਡੇ ਕੋਲ ਕਰ ਸਕਦੇ ਆ। ਮੈਂ ਗੱਲ ਕੀਤੀ ਵੀ ਮੈਂ ਬੁਕਿੰਗ ਕਰਵਾ ਗਿਆ, 2-4 ਦਿਨ ਦੇ ਵਿੱਚ ਆ ਕੇ ਮੈਂ ਤੁਹਾਡੇ ਡਾਕੂਮੈਂਟ ਪੂਰੇ ਹੋਣ ਤੋਂ ਪਹਿਲਾਂ ਆ ਕੇ ਮੈਂ ਕਹਿ ਦਿੰਦਾ ਕਿ ਮੈਨੂੰ ਕੋਈ ਐਮਰਜੈਂਸੀ ਪੈ ਗਈ ਹੈ ਜਾਂ ਮੇਰਾ ਮਨ ਬਦਲ ਗਿਆ ਤਾਂ ਫਿਰ 250 ਰੁਪਏ ਕੱਟ ਕੇ ਮੈਨੂੰ ਮੇਰੇ ਪੈਸੇ ਵਾਪਸ ਮਿਲ ਜਾਣਗੇ। ਆਫਟਰ ਡਿਲੀਵਰੀ ਨਹੀਂ ਹੋਣ ਆਪਸ ਵਿਲ, ਜਦੋਂ ਬੁਕਿੰਗ ਕਰਵਾਉਣੀ ਪਹਿਲਾਂ ਤਾਂ ਮਨ ਪੱਕਾ ਕਰਕੇ ਆਓ, ਕੋਸ਼ਿਸ਼ ਕਰੋ ਕਿ ਪਹਿਲਾਂ ਮਨ ਪੱਕਾ ਕਰਕੇ ਆਓ, ਪਰ ਕਿਤੇ ਵੀ ਮਨਦੀਪ ਜੀ ਕੋਈ ਕੰਮ ਪੈ ਜਾਂਦਾ, ਕੋਈ ਘਰ 'ਚ ਵਿਆਹ ਰੱਖੋ, ਇੱਕਦਮ ਰਿਸ਼ਤਾ ਹੋ ਗਿਆ ਕੁਛ ਵੀ, ਸਰ ਪਹਿਲਾਂ ਦੱਸ ਦਿਓ। ਬੁਕਿੰਗ ਹੋਈ, 1,00,000 ਰੁਪਈਆ ਹੋਵੇ, 2,00,000 ਹੋਵੇ, ਕਿਸੇ ਕਾਰਨ ਕਸਟਮਰ ਦਾ ਲੋਨ ਨਹੀਂ ਹੁੰਦਾ, ਕੋਈ ਫੈਮਿਲੀ ਪ੍ਰੋਬਲਮ ਪੈ ਜਾਂਦੀ, ਆਪਾਂ ਗੱਡੀ ਦੀ ਜਿਹੜੀ ਹੈਗੀ ਆ ਅਮਾਊਂਟ ਇਹ ਨਹੀਂ ਕਿ ਅਕਾਊਂਟ 'ਚ ਰਿਫੰਡ ਕਰਦੇ ਹਾਂ, ਅਕਾਊਂਟ 'ਚ ਇਹ ਨਹੀਂ ਕਿ ਗੱਡੀ ਲੈ ਕੇ ਸਹੁਰਿਆਂ 'ਤੇ ਜਾਏ, ਗੇੜੀ ਲੈ ਜਾਂਦੀ ਦਾ ਹਾਂ, ਗੱਡੀ ਲੈ ਕੇ ਤੁਸੀਂ ਇੰਟਰਵਿਊ 'ਚ ਕਿਹਾ ਸੀਗਾ ਅਤੇ ਪੈਸੇ ਵਾਪਸ ਅਤੇ ਸਾਨੂੰ ਪੈਸੇ ਵਾਪਸ। ਇਹ ਮੈਨੂੰ ਕੁਛ ਸਵਾਲ ਮੈਨੂੰ ਜਿਹੜੇ ਲਾਸਟ ਇੰਟਰਵਿਊ ਤੋਂ ਬਾਅਦ ਆਏ ਸੀ ਵੀ ਤੁਸੀਂ ਕਿਹਾ ਸੀਗਾ, ਵੈਸੇ ਕੰਪਨੀ ਦਾ ਰੂਲ ਹੈਗੀ ਆ ਵੀ ਆਫਟਰ ਸੇਲ ਜਦੋਂ ਤੁਸੀਂ ਸੇਲ ਕਰ ਦਿੰਦੇ ਆ, ਅਸੀਂ ਇੱਦਾਂ ਨਹੀਂ ਸੇਲ ਕਰਦੇ, ਕਸਟਮਰ ਨੂੰ ਕਹੀਦਾ ਤੁਸੀਂ ਟਰਾਈ ਲਓ ਜੀ, 10 ਕਿਲੋਮੀਟਰ, 20 ਕਿਲੋਮੀਟਰ, 25 ਕਿਲੋਮੀਟਰ ਸਾਡਾ ਫਿਊਲ ਹੋਏਗਾ, ਸਾਡਾ ਐਗਜੀਕਿਊਟਿਵ ਤੁਹਾਡੇ ਦੇ ਨਾਲ ਜਾਏਗਾ, ਤੁਸੀਂ ਪਰ ਆਪਣੀ ਪ੍ਰੋਪਰ ਤਸੱਲੀ ਕਰਨ ਤੋਂ ਬਾਅਦ ਹੀ ਗੱਡੀ ਬੁੱਕ ਕਰੋ, ਗੱਡੀ ਦੀ ਪੂਰੀ ਤਸੱਲੀ ਕਰੋ ਆਪਣੀ ਫੈਮਿਲੀ ਦੇ ਨਾਲ ਜਾਂ ਆਪਣਾ ਪੂਰਾ ਮਾਈਂਡ ਸੈੱਟ ਕਰਨ ਤੋਂ ਬਾਅਦ ਬੁਕਿੰਗ ਕਰਵਾ ਲਓ। ਅਗਰ ਫਿਰ ਵੀ ਬੁਕਿੰਗ ਤੋਂ ਬਾਅਦ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਇਹ ਚੀਜ਼ ਕਰਦੇ ਹੈਗੇ ਹਾਂ, ਪਰ ਆਫਟਰ ਡਿਲੀਵਰੀ ਨਹੀਂ। ਅਗਰ ਲੋਨ ਕਈ ਕਸਟਮਰ ਨੇ ਲੋਨ ਪ੍ਰੋਸੈਸ ਕਰਵਾ ਲਿਆ, ਲੋਨ ਦੀ ਪੇਮੈਂਟ ਬੈਂਕ ਨੇ ਸਾਡੇ ਅਕਾਊਂਟ 'ਚ ਪਾ ਦਿੱਤੀ ਹੈਗੀ ਆ, ਅਸੀਂ ਸਾਰਾ ਪ੍ਰੋਸੈਸ ਕਰਤਾ, ਉਸ ਤੋਂ ਬਾਅਦ ਸਾਡੇ ਲਈ ਇਹ ਡਿਫੀਕਲਟ ਜੋਬ ਹੋ ਜਾਂਦੀ ਹੈਗੀ ਆ। ਅਸੰਭਵ ਕਹਿ ਲਈਏ, ਇੱਕ ਤਰ੍ਹਾਂ ਨਾਲ ਇੰਪੋਸੀਬਲ ਆ, ਕੋਈ ਹੋਰ ਰਸਤਾ ਕੱਢਣ ਦੇ ਲਈ ਵੀ ਮਥਾਮਾਰੀ ਪੰਜਾਬੀ ਦੀ ਕਹਿ ਲਈਏ ਤਾਂ ਕਰਨੀ ਪੈਣੀ ਮਨਦੀਪ ਜੀ। ਹੁਣ ਆਪਾਂ ਗੱਡੀਆਂ ਦੀ ਵੀ ਗੱਲ ਕਰ ਲਈਏ ਵੀ ਬੜੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਖੜੀਆਂ ਨੇ, ਜੇ ਹੋ ਸਕਦਾ ਤੁਹਾਨੂੰ ਯਾਦ ਹੋਵੇ ਤਾਂ ਕੋਈ ਕੀਮਤ, ਸ਼ੁਰੂਆਤੀ ਰੇਂਜ ਕਿਹੜੀਆਂ ਕਿਹੜੀਆਂ ਗੱਡੀਆਂ, ਕੀ ਨਾਲ ਫੈਸਿਲਿਟੀ ਸਿਆਜ ਹੈਗੀ ਆ, ਆਪਣੇ ਕੋਲ ਬੁੱਕ ਹੈਗੀ ਆ, ਅੱਛਾ ਕਸਟਮਰ ਦਾ ਲੋਨ ਅੰਡਰ ਪ੍ਰੋਸੈਸ ਹੈਗਾ ਜੀ। ਅੱਛਾ ਜੀ, ਸੋਲਡ ਲਿਖਿਆ ਹੋਇਆ ਨਾ, ਬਿਲਕੁਲ ਜੀ, ਸੋਲਡ ਲਿਖ ਕੇ ਪਾਇਆ ਹੋਇਆ। ਠੀਕ ਹੈ ਜੀ, ਤੇ ਇਹ ਆਪਣੀ ਕਾਰ ਸੇਲ ਸੇਲ ਹੋ ਗਈ ਆ, ਸੈਰ 7,40,000 ਚ ਸਾਡੀ ਜਿਹੜੀ ਕਾਰ ਸੋਲਡ ਹੋਈ ਹੈ। ਓਕੇ, ਸਿਆਜ ਸਮਾਰਟ ਹਾਈਬ੍ਰਿਡ ਸਿਸਟਮ ਵਾਲੀ ਕਾਰ ਹੈਗੀ ਆ। ਠੀਕ ਹੈ ਜੀ, ਇਹ ਪੈਟਰੋਲ ਵਰਜਨ 'ਚ ਹੈਗੀ ਆ ਜੀ, ਇਹਨਾਂ ਦੀ ਸੰਡੇ ਡਿਲੀਵਰੀ ਹੈਗੀ ਆ। ਅੱਛਾ ਜੀ, ਠੀਕ ਹੈ ਜੀ, ਮੈਂ ਵੀ ਸੇਲ ਹੋਈ ਹੋਈ ਆ ਜੀ ਜੀ। ਠੀਕ ਹੈ ਜੀ, ਠੀਕ ਹੈ ਜੀ, ਇਸ ਤਰ੍ਹਾਂ ਸਵਿਫਟ ਹੈਗੀ ਆ, ਸਿਰਫ 140 ਕਿਲੋਮੀਟਰ ਰਨਿੰਗ ਹੋਈ ਹੈ ਜੀ। 140 ਕਿਲੋਮੀਟਰ, ਸਿਰਫ, ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ। ਯਾਨੀ ਘਰ ਹੀ ਮਤਲਬ ਜਾ ਕੇ ਬੰਦਾ ਤੇ ਆ ਗਿਆ, ਡੌਰੀ ਕੇਸ ਦੇ ਵਿੱਚ ਗੱਡੀ ਗਈ ਸੀ ਔਰ ਗੱਡੀ ਵਾਪਸ ਆ ਗਈ ਹੈ। ਅੱਛਾ ਜੀ ਜੀ ਜੀ, 140 ਕਿਲੋਮੀਟਰ ਚੱਲੀ ਗੱਡੀ ਹੈ। ਪਹਿਲਾਂ ਉਹਨਾਂ ਕੋਲ ਕੋਈ ਹੋਰ ਕਾਰ ਹੋਣੀ ਹੈ ਜਾਂ ਕਿੱਦਾਂ ਕਿ ਮਤਲਬ ਕੀ ਕਰਨਾ? ਐਨ ਆਰ ਆਈ ਪਾਰਟੀ ਸੀ, ਉਹਨਾਂ ਨੇ ਗੱਡੀ ਲਈ ਹੈ, ਉਹਨਾਂ ਨੇ ਮੁੜ ਕੇ ਗੱਡੀ ਸਾਨੂੰ ਕਰਕੇ ਤਾਂ ਉਹਨਾਂ ਦੇ ਅਕਾਊਂਟ 'ਚ ਪੇਮੈਂਟ ਆਪਾਂ ਰਿਟਰਨ ਕਰ ਦਿੱਤੀ ਹੈ। ਠੀਕ ਹੈ ਜੀ, ਇਹ ਦਾਜ ਦੇ ਵਿੱਚੋਂ ਕਿਸੇ ਦੇ ਗੱਡੀ ਜਿਹੜੀ ਇੱਥੇ ਆਈ ਹੈ, ਦਰਸ਼ਕੋ ਦੇਖ ਲਓ, ਜੇ ਕਿਸੇ ਦਾ ਮੰਨਦਾ ਤਾਂ ਸੰਪਰਕ ਨੰਬਰ ਵੀ ਦੇ ਦੇਣੇ ਅਸੀਂ ਲਾਸਟ ਦੇ ਵਿੱਚ, ਅਤੇ ਉੱਤੇ ਬਾਰਕੋਡ ਵੀ ਲੱਗਾ, ਡਾਕੂਮੈਂਟ ਪੂਰੇ ਮਿਲਣਗੇ। ਇਹਦੀ ਕੀਮਤ ਵੀ ਦੱਸ ਦਈਏ ਆਪਾਂ, ਕਿਉਂਕਿ ਗੱਡੀ ਜਿਹਨੂੰ ਡੀਲਰ ਆਮ ਭਾਸ਼ਾ 'ਚ ਕਹਿੰਦੇ ਆਂਡਾ ਪੀਸ ਆ। ਹਾਂਜੀ ਹਾਂਜੀ ਹਾਂਜੀ, 640, 6,40,000 ਰੁਪਈਆ ਦੀ ਕੀਮਤ ਹੈਗੀ ਹੈ। ਮਾਡਲ ਜਿੱਦਾਂ ਕਿ ਪੁੱਛਦੇ 2022 ਮਾਡਲ ਜੀ। ਅੱਛਾ ਜੀ, ਆਪਣੇ ਕੋਲ 2022 ਮਾਡਲ ਦੇ ਵਿੱਚ ਨਿਊ ਸ਼ੇਪ ਦੇ ਵਿੱਚ ਤੁਹਾਨੂੰ K10 ਵੀ ਮਿਲ ਜਾਏਗੀ, ਸਵਿਫਟ ਵੀ ਮਿਲ ਜਾਏਗੀ। ਨਵੇਂ ਮਾਡਲ, ਨਵੀਂ ਸ਼ੇਪ ਦੇ ਵਿੱਚ ਨਾ ਜੀ? ਬਿਲਕੁਲ ਬਿਲਕੁਲ ਜੀ, ਬ੍ਰਾਂਡ ਨਿਊ ਸ਼ੇਪ। ਤੁਸੀਂ ਦੇਖੋ ਇੱਕ ਵਾਰੀ, ਸਾਡੀ ਜਿੰਨੇ ਵੀ ਯੂਨਿਟ ਹੋਣਗੇ ਇਕੱਠੇ ਹੋਣਗੇ, ਜੇ ਸਿਆਜ ਹੈ ਤਾਂ ਸਿਆਜ, ਜੇ ਸਵਿਫਟ ਦੇਖੋਗੇ ਤਾਂ ਤੁਸੀਂ 4-5 ਪੀਸ ਸਵਿਫਟ ਦੇ ਦੇਖੋਗੇ, ਇਸ ਤਰ੍ਹਾਂ ਬਲੀਨੋ ਦੇਖੋਗੇ, ਬਲੀਨੋ ਇਸ ਤਰ੍ਹਾਂ, ਜਿੱਦਾਂ ਤੁਸੀਂ ਬਰੀਜ਼ਾ ਦੇ ਉੱਤੇ ਕੈਮਰਾ ਕੀਤਾ ਸੀਗਾ ਤਾਂ ਤੁਹਾਨੂੰ ਲਾਈਨ ਦੇ ਵਿੱਚ ਬਰੀਜ਼ਾ ਲੱਗੀਆਂ ਮਿਲੀਆਂ। ਬਿਲਕੁਲ, ਇੱਧਰ ਪਿੱਛੇ ਚੇਤਨ ਜੀ ਆਪਣੇ ਬੈਕ ਸਾਈਡ 'ਤੇ ਦਿਖਾਇਓ, ਸਾਰੀਆਂ ਆਲਟੋ ਗੱਡੀਆਂ ਖੜੀਆਂ ਹੋਈਆਂ ਨੇ, ਜਿੱਦਾਂ ਮਨਦੀਪ ਜੀ ਦੱਸ ਰਹੇ ਨੇ ਵੀ ਇੱਕ ਰੋ ਦੇ ਵਿੱਚ, ਯਾਨੀ ਕਿ ਤੁਸੀਂ ਆ ਕੇ ਆਪਣੀ ਡਿਮਾਂਡ ਦੱਸੋਗੇ ਜਾਂ ਕਾਲ ਕਰੋਗੇ ਕਿ ਸਾਨੂੰ ਆਹ ਰੰਗ ਚਾਹੀਦਾ, ਆਹ ਮਾਡਲ ਚਾਹੀਦਾ ਅਤੇ ਪ੍ਰਾਈਜ਼ ਇੱਥੋਂ ਕੁ ਤੱਕ ਸਾਨੂੰ ਮਿਲ ਜਾਏ, ਅਤੇ ਇਹਨਾਂ ਗੱਡੀਆਂ ਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਗੱਡੀ ਦੇ ਕੇ ਇਹਨਾਂ ਨੇ ਘਰ ਨੂੰ ਤੋੜ ਦੇਣਾ। ਤੁਸੀਂ ਚਾਹੋ ਤਾਂ ਲੱਡੂਆਂ ਦਾ ਡੱਬਾ ਪਹਿਲਾਂ ਹੀ ਲਿਆ ਸਕਦੇ ਹੋ, ਕਿਉਂਕਿ ਗੱਡੀ ਤੁਹਾਨੂੰ ਉੱਥੇ ਦੇ ਕੇ ਭੇਜਣੀ ਇਹਨਾਂ ਨੇ, ਹਰ ਇੱਕ ਤਰ੍ਹਾਂ ਦੀ ਗੱਡੀ ਮਿਲ ਜਾਣੀ ਹੈ ਜੀ ਜੀ। ਸਾਡੇ ਕੋਲ ਜਿਹੜੀ ਹੈਗੀ ਆ ਆਪਣੇ ਕੋਲ ਡੀਲਰਸ਼ਿਪ 'ਚ, ਤੁਹਾਨੂੰ ਇੱਥੇ ਸਲੈਰੀਓ, K10, ਅਲਟੋ, ਏ ਸਟਾਰ, ਬਲੀਨੋ, ਸਵਿਫਟ, ਡਿਜ਼ਾਇਰ ਜੀ, ਬਰੀਜਾ, ਇਹ ਸਾਰੇ ਜਿਹੜੇ ਯੂਨਿਟ ਤੁਹਾਨੂੰ ਮਿਲ ਜਾਣਗੇ। ਇਹ ਸਾਰੀਆਂ ਇੰਸਪੈਕਟਡ ਨੇ ਜੀ? ਬਿਲਕੁਲ ਸਰ, 2 ਤਰ੍ਹਾਂ ਦੀ ਕਾਰ ਹੋਏਗੀ, ਜਿਹੜੀ ਹੋਏਗੀ ਸਰਟੀਫਾਈਡ ਕਾਰ ਹੋਏਗੀ ਉਹਦੇ ਉੱਤੇ ਤੁਹਾਨੂੰ ਵਾਰੰਟੀ ਅਤੇ 3 ਫ੍ਰੀ ਸਰਵਿਸ ਮਿਲੇਗੀ। ਜਿਹੜੀ ਇੰਸਪੈਕਟਡ ਕਾਰ ਹੋਏਗੀ ਉਹਦੇ ਉੱਤੇ ਸਾਡੀ ਵਾਰੰਟੀ ਨਹੀਂ ਇਸ਼ੂ ਹੁੰਦੀ ਹੈਗੀ ਹੈ। ਅੱਛਾ, ਕਾਰ ਸੋਹਣੀ ਹੈਗੀ, ਸਾਫ਼ ਹੈ, ਪਰ ਇਹ 1,00,000 ਕਿਲੋਮੀਟਰ ਚੱਲੀ ਹੋਈ ਹੈ। ਓਕੇ ਜੀ, ਦੈਟਸ ਰੀਜ਼ਨ 19 ਮਾਡਲ ਹੋਣ ਦੇ ਕਾਰਨ ਵੀ ਇੰਸਪੈਕਟਡ ਹੈਗੀ ਹੈ। ਠੀਕ ਹੈ ਜੀ, ਅਤੇ ਦੇਖ ਲਈਆਂ ਤੁਸੀਂ ਗੱਡੀਆਂ ਉੱਧਰ ਵੀ ਪਿੱਛੇ ਇੱਕ ਵਾਰੀ ਚੇਤਨ ਜੀ ਕੈਮਰਾ ਥੋੜ੍ਹਾ ਜਿਹਾ ਮੂਵ ਕਰ ਦਿਉ, ਅਤੇ ਉਹ ਪਿੱਛੇ ਤੱਕ ਕਹਿ ਲਓ ਵੀ ਕਤਾਰਾਂ ਲੱਗੀਆਂ ਪਈਆਂ ਆ, ਜਿੱਦਾਂ ਮਰਜ਼ੀ ਆਓ ਅਤੇ ਜਿਹੜੀ ਮਰਜ਼ੀ ਗੱਡੀ ਦੇ ਉੱਤੇ ਹੱਥ ਰੱਖ ਕੇ ਲੈ ਜਾਓ, ਡਾਕੂਮੈਂਟ ਨਾਲ ਲਿਆਉਣੇ ਨਾਲ ਲਿਆਓ, ਨਹੀਂ ਤਾਂ ਪਹਿਲਾਂ ਫੋਨ ਕਰਕੇ ਪੁੱਛ ਲਓ ਵੀ ਕਿਹੜੀ ਕਿਹੜਾ ਸਾਨੂੰ ਡਾਕੂਮੈਂਟ ਚਾਹੀਦਾ। ਯੂਜ਼ਡ ਕਾਰਾਂ ਜ਼ਰੂਰ ਹੈਗੀਆਂ, ਪਰ ਇਹ ਤੁਹਾਨੂੰ ਐਂ ਚਮਕਾ ਕੇ ਦੇਣੀਆਂ ਇਹਨਾਂ ਨੇ ਸਾਫ਼ ਕਰਕੇ, ਕਿਉਂਕਿ ਇਹ ਮਾੜੀ ਗੱਡੀ ਜਿਹੜੀ ਇੱਥੇ ਲੈਂਦੇ ਨਹੀਂ। ਮਾਰੂਤੀ ਸਜ਼ੂਕੀ ਦਾ ਇਹ ਆਊਟਲੈਟ ਹੈਗਾ ਟਰੂ ਵੈਲਿਊ, ਜੇਕਰ ਮਨਦੀਪ ਜੀ ਮੈਂ ਗਲਤ ਨਹੀਂ ਹੈਗਾ ਤਾਂ ਜੀ ਜੀ। ਮੈਂ ਕਸਟਮਰ ਨੂੰ ਇਹ ਦੱਸਣਾ ਵੀ ਚਾਹੁੰਦਾ ਹੈਗਾ
ਤੁਹਾਨੂੰ ਦੱਸਣਾ ਇਹ ਜਿਵੇਂ ਵਾਸ਼ਿੰਗ ਪੁਆਇੰਟ ਹੈਗਾ ਸਾਡਾ ਆਰਐਫ ਕਾਊਂਟਰ ਸਾਡਾ ਹੈਗਾ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਸਾਡੇ ਕੋਲ ਹਰੇਕ ਡਿਪਾਰਟਮੈਂਟ ਦੇ ਵਿੱਚ ਜੀ ਇਹ ਦਿਖਾ ਰਹੇ ਆ ਚੇਤਨ ਜੀ ਕਿ ਇੱਧਰ ਵਾਸ਼ਿੰਗ ਪੁਆਇੰਟ ਹੈਗਾ ਅਤੇ ਖੱਬੇ ਪਾਸੇ ਜਿਹੜਾ ਤੁਸੀਂ ਦੱਸ ਰਹੇ ਸੀ ਇੱਥੇ ਸਰ ਗੱਡੀ ਵੈਕਿਊਮ ਕੰਪਾਊਂਡ ਐਰਾ ਵਗੈਰਾ ਜਿਹੜਾ ਤੁਸੀਂ ਜਿੱਥੇ ਵੈਗ ਨਾਲ ਮਤਲਬ ਬਾਹਰ ਨਹੀਂ ਕਰਾਉਣੀ ਪਊਗੀ ਕਸਟਮਰ ਨੂੰ ਜਾ ਕੇ ਕਈ ਵਾਰੀ ਹੁੰਦਾ ਕਿ ਉਹ ਮੈਲੀ ਜਿਹੀ ਲੱਗਦੀ ਆ ਅਤੇ ਫਿਰ ਬਾਹਰ ਜਾ ਕੇ ਕੰਮ ਕਰਾਉਣਾ ਪੈਂਦਾ ਇਹ ਚੀਜ਼ਾਂ ਦਾ ਨਹੀਂ ਨਹੀਂ ਸਰ ਅਸੀਂ ਸਾਰਾ ਕੰਮ ਸਾਡਾ ਇੱਥੇ ਹੀ ਹੁੰਦਾ ਹੈਗਾ ਜੀ ਅਤੇ ਜਿਹੜੀ ਇੱਧਰ ਕਾਰ ਲਾਉਂਦੇ ਆਪਾਂ ਸਾਰੀ ਤਿਆਰ ਕਰਕੇ ਲਾਉਂਦੇ ਹੈਗੇ ਜੀ ਠੀਕ ਹੈ ਜੀ ਜਿਹੜੀ ਕਾਰ ਜਦੋਂ ਪਰਚੇਜ ਕਰਦੀ ਆ ਸਭ ਤੋਂ ਪਹਿਲਾਂ ਇਸ ਡਿਪਾਰਟਮੈਂਟ 'ਚ ਆਉਂਦੀ ਆ ਉਸ ਤੋਂ ਬਾਅਦ ਕਾਰ ਦੀ ਫੁੱਲੀ ਸੈਟਿਸਫੈਕਸ਼ਨ ਸਾਡੀ ਸੈਟਿਸਫੈਕਸ਼ਨ ਜੋ ਸਾਡਾ SOP ਹੈਗਾ ਸਟੈਂਡਰਡ ਓਪਰੇਟਿੰਗ ਪ੍ਰੋਸੈਸ ਜੋ ਸਾਡਾ ਸਿਸਟਮ ਸੇਲ ਦਾ ਹੈਗਾ ਉਹਦੇ ਫੋਲੋਅਪ ਤੋਂ ਹੀ ਬਾਅਦ ਹੀ ਕਾਰ ਜਿਹੜੀ ਸੇਲ ਕਰਦੇ ਹਾਂ ਕਾਰ ਖਰੀਦਣ ਤੋਂ ਪਹਿਲਾਂ ਵਰਕਸ਼ਾਪ 'ਚ ਚੈੱਕ ਹੋਣੀ ਆ ਬੋਡੀ ਸ਼ਾਪ 'ਚ ਚੈੱਕ ਹੋਣੀ ਆ MGA ਕਾਊਂਟਰ 'ਤੇ ਜਾਣੀ ਆ ਉਸ ਤੋਂ ਬਾਅਦ ਉਹਦੀ ਡਰਾਈ ਕਲੀਨ ਵੈਕਿਊਮ ਐਰਾ ਹੋਣ ਤੋਂ ਬਾਅਦ ਹੀ ਜਿਹੜੀ ਆ ਕਾਊਂਟਰ 'ਤੇ ਲੱਗਣੀ ਆ ਆਫਟਰ ਸਰਟੀਫਿਕੇਸ਼ਨ ਜਿਹੜੀ ਕਾਰ ਆ ਸੇਲ 'ਤੇ ਲੱਗਦੀ ਹੈਗੀ ਅਤੇ ਮਨਦੀਪ ਜੀ ਕਿੰਨੀਆਂ ਕੁ ਆਪਣੇ ਕੋਲ ਕਾਰਾਂ ਜਿਹੜੀਆਂ ਹਰ ਵੇਲੇ ਅਵੇਲੇਬਲ ਰਹਿੰਦੀਆਂ ਜਾਂ ਹੁਣ ਦੀ ਗੱਲ ਕਰ ਲਈਏ ਓਵਰਆਲ ਗਰੁੱਪ 'ਤੇ ਜਿਹੜਾ ਹੈਗਾ 150 ਤੋਂ 150 ਤੋਂ 160 ਗੱਡੀ ਦਾ ਸਟਾਕ ਅਵੇਲੇਬਲ ਰਹਿੰਦਾ ਸਾਡੇ ਕੋਲ ਹਮੇਸ਼ਾ ਤਕਰੀਬਨ 100 ਪਲੱਸ ਆਪਾਂ ਕਹਿ ਲਈਏ ਵੀ ਗੱਡੀਆਂ ਹਰ ਵੇਲੇ ਅਵੇਲੇਬਲ ਰਹਿਣੀਆਂ ਹਰੇਕ ਬ੍ਰਾਂਡ ਦੀਆਂ ਹਰੇਕ ਰੰਗ ਦੀਆਂ ਬਿਲਕੁਲ ਅਤੇ ਹਰੇਕ ਮੁੱਲ ਦੀਆਂ ਅਤੇ ਐਂ ਵੀ ਹੋ ਜਾਂਦਾ ਮਨਦੀਪ ਜੀ ਜਿੱਦਾਂ ਕੋਈ ਕਸਟਮਰ ਕਹਿੰਦਾ ਕਿ ਭਾਜੀ ਮੇਰਾ 1.25 ਲੱਖ ਦਾ ਬਜਟ ਹੈ ਇਹਦੇ ਵਿੱਚ ਮੈਨੂੰ ਅਲਟੋ ਦੇ ਦਿਓ ਮੇਰਾ 3 ਕੁ ਲੱਖ ਦਾ ਮੈਨੂੰ ਕੋਈ ਸਲੈਰੀ ਉਹ ਲੱਭ ਦਿਓ ਆਪਾਂ ਅਲਟੋ ਦਿਖਾਉਂਦੇ ਹਾਂ ਸਾਡੇ ਕੋਲ 50,000 ਤੱਕ ਵੀ ਅਲਟੋ ਹੈਗੀਆਂ ਜੀ 55,000 60,000 ਲੱਖ 1.25 ਲੱਖ 1.5 ਲੱਖ ਹਰੇਕ ਬਜਟ ਦੀ ਅਲਟੋ ਅਲਟੋ ਦੀ ਗੱਲ ਕਰੀਏ ਅਤੇ 33 ਪੀਸ 33 ਕਾਰ ਅਲਟੋ ਦੇ ਵਿੱਚ ਸਾਡੇ ਕੋਲ ਅਵੇਲੇਬਲ ਆ ਜੀ ਤੁਸੀਂ ਨੋਨ ਮਰੂਤੀ ਦੀ ਗੱਲ ਕਰਦੇ ਸੀਗੇ ਆ ਦੇਖੋ ਸਾਡੇ ਕੋਲ ਇਓਨ ਖੜੀ ਹੈ ਜੀ 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 ਇਹ ਵੀ ਪ੍ਰੋਪਰ ਕੰਮ ਹੋ ਕੇ ਹੀ ਸੇਲ ਕਰੀ ਦੀ ਹੈ ਜੀ ਇਹ ਵਾਸ਼ਿੰਗ ਵੁਸ਼ਿੰਗ ਹੋ ਕੇ ਮੈਨੂੰ ਲੱਗਦਾ ਆਈ ਆ ਅਤੇ ਹਾਲੇ ਕੰਮ ਇਹਦਾ ਮੈਨੂੰ ਲੱਗਦਾ ਚੱਲ ਰਿਹਾ ਹਲੇ ਵਾਸ਼ਿੰਗ ਚੱਲਦੀ ਹੈ ਹਲੇ ਚੱਲ ਅੱਛਾ 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 ਹਲੇ ਪ੍ਰੋਸੈਸ ਚੱਲਣ ਵਾਲਾ ਹੈ ਓਕੇ 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 ਹਲੇ ਇਹਨੂੰ ਉਦਾਂ ਚਮਕਾ ਦਿੱਤਾ ਆ ਬਾਕੀ ਕੰਮ ਰਹਿ ਗਿਆ ਹਾਂਜੀ 44,000 ਸਾਰੀ ਚੱਲੀ ਹੋਈ ਹੈ ਜੀ ਓਕੇ 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 ਅਤੇ 100+ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣੀਆਂ ਕਿਉਂਕਿ ਅੱਜ ਕੱਲ੍ਹ ਜਿਹੜੇ ਵੀਰ ਫੈਕਟਰੀਆਂ 'ਚ ਕੰਮ ਕਰਦੇ ਆ ਪ੍ਰਾਈਵੇਟ ਜੋਬਾਂ ਕਰਦੇ ਆ ਮੀਂਹ ਕਣੀ ਨੂੰ ਕਈ ਵਾਰੀ ਔਖਾ ਹੁੰਦਾ ਛੁੱਟੀ ਕਰਨੀ ਕਿਉਂਕਿ ਵਾਰ ਵਾਰ ਬਰਸਾਤ ਲੱਗ ਜਾਂਦੀ ਆ ਸਰਦੀਆਂ ਨੂੰ ਕਈ ਕਈ ਦਿਨ ਮਨਦੀਪ ਜੀ ਕਣੀ ਲੱਗ ਜਾਂਦੀ ਤਾਂ ਗੱਡੀ ਅੱਜ ਹਰ ਘਰ ਦੀ ਜ਼ਰੂਰਤ ਹੋ ਗਈ ਆ ਸਾਡੇ ਬਜ਼ੁਰਗ ਹੁੰਦੇ ਆ ਕਈ ਵਾਰੀ ਢਿੱਲੇ ਮੱਠੇ ਹੋ ਜਾਂਦੇ ਆਂਢ ਗੁਆਂਢ ਦੇ ਵਿੱਚ ਵੀ ਲੋੜ ਪੈਂਦੀ ਸੋ ਗੱਡੀ ਹਰ ਘਰ 'ਚ ਰੱਖਣਾ ਸ਼ੌਕ ਤਾਂ ਹੈਗਾ ਹੀ ਹੈਗਾ ਆ ਪੰਜਾਬੀਆਂ ਦੀ ਪਹਿਲੀ ਪਸੰਦ ਆ ਪਰ ਨਾਲ ਨਾਲ ਕਿਤੇ ਮਜਬੂਰੀ ਵੀ ਜਿਹੜੀ ਆ ਜਿਨ੍ਹਾਂ ਦੀ ਥੋੜ੍ਹਾ ਜਿਹਾ ਬਜਟ ਨਹੀਂ ਵੀ ਹੈਗਾ ਉਹਨਾਂ ਦੇ ਲਈ ਵੀ ਮਜਬੂਰੀ ਹੋ ਗਈ ਅਤੇ ਫਿਰ ਬਜਟ ਦੇ ਵਿੱਚ ਕਾਰ ਲੱਭਣੀ ਔਖੀ ਹੋ ਜਾਂਦੀ ਆ ਹੁਸ਼ਿਆਰਪੁਰ ਦੇ ਵਿੱਚ ਅਸੀਂ ਖੜੇ ਹਾਂ ਵਾਰ ਵਾਰ ਦੁਹਰਾ ਰਹੇ ਹਾਂ ਟਰੂ ਵੈਲਿਊ ਦਾ ਆਊਟਲੈਟ ਮਾਰੂਤੀ ਸੁਜ਼ੂਕੀ ਵੱਲੋਂ ਆ ਜਿਹੜਾ ਉੱਥੇ ਅਸੀਂ ਖੜੇ ਹਾਂ ਮਨਦੀਪ ਜੀ ਇੱਥੇ ਦੇ ਜਿਹੜੇ ਆ ਉਹ ਸਾਰਾ ਕੰਟਰੋਲ ਇਹਨਾਂ ਦੇ ਹੱਥ ਆ ਦੇਖਦੇ ਆ ਟੀਮ ਬੜੀ ਵੱਡੀ ਆ ਇਹਨਾਂ ਦੀ ਆ ਕੇ ਜਦੋਂ ਤੁਸੀਂ ਆਉਂਦੇ ਹੋ ਸਟੈਪ ਬਾਈ ਸਟੈਪ ਤੁਹਾਨੂੰ ਗੱਡੀ ਦਿਖਾਉਣੀ ਆ ਤੁਸੀਂ ਟਰਾਈ ਲੈਣੀ ਆ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਦਾ ਕੰਮ ਬੜਾ ਆਸਾਨ ਅਤੇ ਬੜਾ ਸਿੱਧੇ ਪੱਧਰ ਤਰੀਕੇ ਦੇ ਨਾਲ ਹੋ ਜਾਂਦਾ ਮਨਦੀਪ ਜੀ ਹੋਰ ਕੋਈ ਤੁਸੀਂ ਜਾਣਕਾਰੀਆਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਦੇਣੀਆਂ ਚਾਹੋ ਖਾਸ ਤੌਰ ਦੇ ਉੱਤੇ ਜਦੋਂ ਕੋਈ ਗੱਡੀ ਕਿਸੇ ਨੇ ਤੁਹਾਡੇ ਕੋਲ ਲੈਣੀ ਜਾਂ ਬਾਹਰੋਂ ਵੀ ਲੈਣੀ ਆ ਕਿਹੜੀਆਂ ਚੀਜ਼ਾਂ ਦਾ ਮੇਜਰ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਕਿਉਂਕਿ ਆਮ ਤੌਰ 'ਤੇ ਗੱਡੀਆਂ ਦਾ ਨੌਲੇਜ ਨਹੀਂ ਹੁੰਦਾ ਜਦੋਂ ਪਹਿਲੀ ਵਾਰੀ ਗੱਡੀ ਲੈਣੀ ਆ ਦੇਖੋ ਸਰ ਜਿਹੜੀ ਆਪਾਂ ਗੱਡੀ ਪਰਚੇਜ ਕਰਨੀ ਆ ਸਭ ਤੋਂ ਪਹਿਲਾਂ ਅਸੀਂ ਜਿਹੜੇ ਡਾਕੂਮੈਂਟ ਦੀ ਸਹੀ ਗੱਡੀ ਖਰੀਦਦੇ ਹਾਂ ਅਗਰ ਗੱਡੀ ਆਨਲਾਈਨ ਬੋਲਦੀ ਆ ਅਸੀਂ ਉਸੇ ਕਸਟਮਰ ਤੋਂ ਗੱਡੀ ਖਰੀਦਦੇ ਜਿਹਦੇ ਨਾਂ 'ਤੇ ਹੋਵੇ ਜੀ ਥਰਡ ਪਾਰਟੀ ਤੋਂ ਗੱਡੀ ਨਹੀਂ ਖਰੀਦਦੇ ਆਪਾਂ ਜੀ ਕੋਈ ਕਿਸੇ ਬੰਦੇ ਦਾ ਵੀ ਗੱਡੀ ਮੇਰੇ ਨਾਂ 'ਤੇ ਨਹੀਂ ਗੱਡੀ ਲੈ ਲਓ ਇਸ ਤਰ੍ਹਾਂ ਦੇ ਨਹੀਂ ਫਰੋਡ ਵਾਲੇ ਕੇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਕਿਉਂਕਿ ਫਰੋਡ ਬਹੁਤ ਚੱਲਦਾ ਹੈਗਾ ਔਰ ਕਸਟਮਰ ਨੂੰ ਅਸੀਂ ਟ੍ਰਾਂਸਫਰ ਕਰਾ ਕੇ ਹੀ RC ਦੇਣੀ ਹੈਗੀ ਆ ਕੋਈ ਕਸਟਮਰ ਕਹਿੰਦਾ ਹੈਗਾ ਵੀ ਮੈਨੂੰ ਗੱਡੀ ਦੇ ਦਿਓ ਜੀ ਮੈਂ ਬਾਅਦ 'ਚ ਟ੍ਰਾਂਸਫਰ ਕਰਾ ਲਾਂਗਾ ਬਹੁਤ ਹੁੰਦੀ ਆ ਲੋਕੀ ਕਹਿੰਦੇ ਗੱਡੀ ਦੇ ਦਿਓ ਜੀ ਮੇਰਾ ਉੱਥੇ ਰਿਸ਼ਤੇਦਾਰ ਲੱਗਾ ਆ ਮੇਰੇ ਪੈਸੇ ਘੱਟ ਲੱਗਣੇ ਮੈਂ ਆਪਣਾ ਟ੍ਰਾਂਸਫਰ ਕਰਾ ਲਾਂ ਉਸ ਕੇਸ ਦੇ ਵਿੱਚ ਆਪਾਂ ਨਹੀਂ ਕਰਦੇ ਕਾਰਨ ਆ ਵੀ ਉਹ ਕੱਲ ਨੂੰ ਕਾਰ ਟ੍ਰਾਂਸਫਰ ਨਾ ਕਰਾਵੇ ਔਰ ਉਹਦੇ ਨਾਲ ਕੋਈ ਕਾਰ ਦੇ ਨਾਲ ਕੋਈ ਦਿੱਕਤ ਪਰੇਸ਼ਾਨੀ ਆ ਜੇ ਪਹਿਲੇ ਕਸਟਮਰ ਨੂੰ ਹਰਾਸ਼ਮੈਂਟ ਹੋ ਜਾਂਦੀ ਦੋਨੇ ਕੇਸ ਦੇ ਵਿੱਚ ਜਿੰਨਾ ਆਪਾਂ ਪਰਚੇਜ ਕਰਦੇ ਹਾਂ ਉਹ ਕਸਟਮਰ ਦੇ ਅਕਾਊਂਟ 'ਚ ਹੀ ਪੇਮੈਂਟ ਕਰਦੇ ਹੈਗੇ ਆ ਜਿਹੜੀ ਮੈਂ ਦੱਸਿਆ ਤੁਹਾਨੂੰ ਕੈਸ਼ ਕੰਮ ਨਹੀਂ ਕਰਦੇ ਹਾਂ ਜੋ ਵੀ ਕੰਮ ਸਾਡਾ ਆਨਲਾਈਨ ਕੰਮ ਹੈਗਾ ਟ੍ਰਾਂਸਫਰ ਦਾ ਕੰਮ ਹੈਗਾ ਸਿਸਟਮੈਟਿਕਲੀ ਸਾਡਾ ਜਿਹੜਾ ਕੰਮ ਸਾਰਾ ਸਹੀ ਹੁੰਦਾ ਹੈਗਾ ਯਾਨੀ ਗੱਡੀ ਖਰੀਦਣ ਤੋਂ ਇਹ ਨਹੀਂ ਕਿ ਗੱਡੀ ਖਰੀਦਣ ਤੱਕ ਮਤਲਬ ਆ ਵੀ ਗੱਡੀ ਤੁਸੀਂ ਖਰੀਦੋ ਅਤੇ ਬਾਹਰ ਜੋ ਮਰਜ਼ੀ ਕਰੋ ਇੱਦਾਂ ਨਹੀਂ ਬਾਅਦ ਵਿੱਚ ਜਿਹਦੀ ਗੱਡੀ ਸੀਗੀ ਉਹਨੂੰ ਵੀ ਦਿੱਕਤ ਨਾ ਆਵੇ ਜਿਹਨੇ ਖਰੀਦੀ ਉਹਨੂੰ ਵੀ ਦਿੱਕਤ ਨਾ ਆਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬੜੀ ਚੰਗੀ ਗੱਲ ਆ ਕਿ ਤੁਹਾਡੇ ਲਈ ਫਿਕਰਮੰਦ ਵੀ ਰਹਿੰਦੇ ਨੇ ਵੀ ਤੁਹਾਡੇ ਕਾਗਜ਼ਾਤ ਪੂਰੇ ਹੋਣ ਜਿਹਦੇ ਕੋਲ ਗੱਡੀ ਖਰੀਦੀ ਆ ਉਹਦੇ ਕੋਲੋਂ ਵੀ ਜਿਹਨੂੰ ਵੇਚੀ ਆ ਉਹਦੇ ਕੋਲ ਵੀ ਅਤੇ ਗੱਡੀਆਂ 100+ ਤੁਹਾਨੂੰ ਹਰ ਵੇਲੇ ਇੱਥੇ ਮਿਲ ਜਾਣਗੀ ਸੇਲ ਕਰ ਰਹੇ ਨੇ 55,000 ਦੀ ਅਲਟੋ ਆਲਰੇਡੀ ਖੜੀ ਆ ਜੀ 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 55,000 ਰੁਪਏ ਦੀ ਅਲਟੋ ਜਿਹੜੀ ਆ ਉਹ ਤੁਹਾਨੂੰ ਮਿਲ ਜਾਣੀ ਆ ਹੁਣ ਇਹਦੇ ਵਿੱਚ ਵੀ ਆਪਾਂ ਕੋਈ ਕਹਿ ਸਕਦੇ ਵੀ ਕਸਟਮਰ ਨੂੰ ਦੱਸ ਕੇ ਦੇਵਾਂਗੇ ਕਿ ਕਿਉਂ 55,000 ਦੀ ਹੈ ਬਿਲਕੁਲ 55,000 ਦਾ ਤਾਂ ਸਕੂਟਰ ਵੀ ਨਹੀਂ ਆਉਂਦਾ ਅੱਜ ਕੱਲ੍ਹ ਜੀ ਜੀ 55,000 ਦੇ ਵਿੱਚ ਕਾਰ ਦੇਵਾਂਗੇ ਪ੍ਰੋਪਰ ਇਹ ਗੱਡੀ ਆਈ ਹੈਗੀ ਆ ਇਹਦੀ
ਛੱਡ ਵੀ ਜਾਣੀ ਹੈ ਕਿਸੇ ਕਿਸੇ ਨੇ ਪ੍ਰੋਫਿਟ ਵੀ ਖੱਟਣਾ ਹੋਵੇ ਤਾਂ ਖੱਟ ਸਕਦਾ ਤੇ ਪਲੱਸ ਜਿੱਦਾਂ ਸਿੱਖਣ ਨੂੰ ਲੈਣੀ ਹੈ ਜਾਂ ਕਿਸੇ ਨੂੰ ਲੈਣੀ ਹੈ ਜੀ ਹਾਂਜੀ ਤੇ ਲੋਕ ਮੈਂ ਦੱਸਣਾ ਚਾਹੁੰਦਾ ਹੁਣ 55,000 ਇਹਦੀ ਪ੍ਰਾਈਸ ਕਿਉਂ ਆ ਕਿਉਂਕਿ ਇਹਦਾ ਓਨਰ ਫਿਫਥ ਓਨਰ ਹੈਗੀ ਆ ਦੈਟਸ ਰੀਜ਼ਨ ਵੀ ਇਹ 55,000 ਅੱਛਾ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਗੱਡੀ 'ਚ ਕੋਈ ਪ੍ਰੋਬਲਮ ਜਿੱਦਾਂ ਹੁਣ 55,000 ਸੁਣ ਕੇ ਮੇਰੇ ਮਨ 'ਚ ਆਇਆ ਵੀ ਕੋਈ ਨਾ ਕੋਈ ਫਾਲਟ ਹੋਣਾ ਤੇ ਮੈਂ ਪੁੱਛਾਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਨਾ ਵੀਡੀਓ ਦੇ ਵਿੱਚ ਵੀ ਫਿਫਥ ਓਨਰ ਕਰਕੇ ਹੀ 55,000 ਦੀ ਆ ਪੰਜਵੇਂ ਨਾਮ ਮਾਲਕ ਦੇ ਨਾਮ ਬਿਲਕੁਲ ਜੀ ਸਰ ਨੂੰ ਮੈਂ ਜਿੱਦਾਂ ਦੇਖਿਆ ਹੈਗਾ ਨਾਲ i20 ਸਪੋਰਟਸ ਮਾਡਲ ਖੜਾ ਹੈਗਾ ਟਾਟਾ ਸਫਾਰੀ ਖੜੀ ਹੈਗੀ ਆ ਅਦਰ ਬ੍ਰਾਂਡ ਦੀਆਂ ਵੀ ਆਪਣੇ ਕੋਲ ਕਾਰਾਂ ਅਵੇਲੇਬਲ ਹੈ ਸਫਾਰੀ ਕਿੰਨੇ ਦੀ ਹੈ ਜੀ ਇਹ ਸਫਾਰੀ ਹੈਗੀ ਜੀ 370 370,000 2014 ਮਾਡਲ ਜੀ ਅੱਛਾ ਇਹ ਮਨਦੀਪ ਜੀ ਵੀ ਚਲੋ ਗੱਲ ਜਾਂਦੇ ਜਾਂਦੇ ਆ ਗਈ ਇਹ ਬੜਾ ਰਹਿੰਦਾ ਵੀ ਕਸਟਮਰ ਸੋਚਦਾ ਵੀ ਇਹਦਾ ਕੀ ਮਤਲਬ ਹੁੰਦਾ ਤੇ ਕੀ ਨੁਕਸਾਨ ਹੁੰਦਾ ਵੀ ਤੀਜੇ ਨਾ ਆ ਯਾਰ ਚੌਥੇ ਨਾ ਆ ਨਹੀਂ ਲੈਣੀ ਨਹੀਂ ਆਪਾਂ ਦੇਖੋ ਸਰ ਕਾਰ ਦੇ ਵਿੱਚ ਕੁਝ ਨਹੀਂ ਹੁੰਦਾ ਓਨਰਸ਼ਿਪ ਨੂੰ ਕਰਕੇ ਕਾਰ ਦੀ ਜਿਹੜੀ ਪ੍ਰਾਈਸ ਦੇ ਵਿੱਚ ਫਰਕ ਪੈਂਦਾ ਹੈਗਾ ਅਗਰ ਇਹੀ ਕਾਰ ਫਸਟ ਓਨਰ ਹੁੰਦੀ ਹੈ ਜਿਹੜੀ 55,000 ਦੀ ਹੈ ਤੇ 75,000 ਜਾਂ 80,000 ਦੀ ਬੇਸੇਲ ਹੋਣੀ ਸੀ ਤੇ ਜੇ ਹੁਣ ਇਹ 55,000 ਦੀ ਕੋਈ ਲੈ ਕੇ ਸਾਲ ਖੰਡ 2 ਸਾਲ ਲੋਕਲ ਚਲਾ ਕੇ ਤਾਂ ਪੈਸੇ ਪੂਰੇ ਪੈਸੇ ਵਸੂਲ ਆ ਬਿਲਕੁਲ ਜੀ 40,000 ਦੀ ਤਾਂ ਸਕਰੈਪ ਰੇਟ ਹੈ ਜੀ ਕਾਰ ਦਾ ਅਗਰ ਕੋਈ ਅਲਟੋ ਕਾਰ ਤੁਸੀਂ ਸਕਰੈਪ ਕਰਨੀ ਹੈ ਤਾਂ 40,000 ਰੁਪਏ ਦਾ ਸਕਰੈਪ ਰੇਟ ਆ ਰਿਹਾ ਸਾਨੂੰ ਮਾਰਕੀਟ ਦੇ ਵਿੱਚ ਤੇ ਜੇ ਕੋਈ ਦਿਮਾਗੀ ਬੰਦਾ ਹੋਵੇ ਤਾਂ ਪੁਰਜੇ ਵੇਚਣੇ ਜਾਏ ਇਕੱਲੇ ਇਕੱਲੇ ਤਾਂ ਮਾਰਕੀਟ ਹੋਰ ਮਹਿੰਗੇ ਵੇਚ ਮੈਂ ਦੱਸਦਾ ਵੀ ਮਾਰੂਤੀ ਦੇ ਵਿੱਚ ਤੁਸੀਂ ਬੈਗਨਾਰ ਲੈਨੇ ਆ ਇਹ ਕਾਰ ਲੈ ਕੇ ਨਾਂ ਤੇ ਕਰਾ ਲਈ ਹੈਗੀ ਆ ਅਗਰ ਤੁਸੀਂ ਬੈਗਨਾਰ ਦੇ ਨਾਲ ਸਕਰੈਪ ਵੇਚੋਗੇ ਤਾਂ 75,000 ਦੀ ਸੈਲ ਕਾਰ ਵਿਕਣੀ ਹੈ ਦੁਬਾਰਾ ਤੁਹਾਡੀ ਕੀ ਬਾਤ ਹੈ ਕਿਉਂਕਿ ਜਿਹੜੀ ਬੈਗਨਾਰ ਦੇ ਉੱਤੇ ਹੈਗਾ ਆ ਇਸ ਵੇਲੇ 30,000 ਤੋਂ 35,000 ਰੁਪਏ ਬੋਨਸ ਚੱਲਦਾ ਪਿਆ ਅਗਰ 4,000 ਸਕਰੈਪ ਵੈਲਜੂ ਔਰ 35,000 ਰੁਪਏ ਬੋਨਸ ਕਰੋਗੇ ਤਾਂ 75,000 ਦੀ ਕਾਰ ਦੁਬਾਰਾ ਫੇਲ ਹੋਏਗੀ 55,000 ਲੈਣ ਤੋਂ ਬਾਅਦ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ 55,000 ਦੀ ਅਲਟੋ ਵੀ ਦੇਖ ਲਈ ਤੁਸੀਂ ਪਿੱਛੇ ਸਲੈਰੀਓ ਵੀ ਦੇਖ ਲਈ ਹੋਰ ਵੀ ਗੱਡੀਆਂ ਸਾਰੀਆਂ ਦੇਖ ਲਈਆਂ ਮਨਦੀਪ ਜੀ ਦਾ ਸਮਾਂ ਅਸੀਂ ਲਿਆ ਬਹੁਤ ਜ਼ਿਆਦਾ ਅੱਜ ਫਿਰ ਤੋਂ ਉਹਦੇ ਲਈ ਮਾਫੀ ਵੀ ਆ ਮਨਦੀਪ ਜੀ ਸਮਾਂ ਜ਼ਿਆਦਾ ਲੈ ਲਿਆ 5 ਮਿੰਟ ਡਿਲੀਵਰੀਆਂ ਵੀ ਤੁਸੀਂ ਜਿਹੜੀਆਂ ਦਰਸ਼ਕਾਂ ਨੂੰ ਦੇਣੀਆਂ ਅਤੇ ਲੋਕੇਸ਼ਨ ਵੈਸੇ ਅਸੀਂ ਹਰ ਵਾਰ ਦੱਸ ਦਿੰਦੇ ਹੁੰਦੇ ਹਾਂ ਮੋਟੀ ਜੀ ਲੋਕੇਸ਼ਨ ਦੱਸ ਦਵਾਂ ਤਾਂ ਜਿੱਦਾਂ ਹੀ ਹੁਸ਼ਿਆਰਪੁਰ ਤੋਂ ਬਾਹਰ ਨਿਕਲਦੇ ਹਾਂ ITI ਦੇ ਬਿਲਕੁਲ ਸਾਹਮਣੇ ਆ ਅਤੇ ਮਨਦੀਪ ਟਰੂ ਵੈਲਜੂ ਆਫਿਸ ਹੈ ਸਾਡਾ ਜੀ ਅਤੇ ਕੰਟੈਕਟ ਨੰਬਰ ਹੈਗਾ ਜੀ 9876733434 ਜੀ ਰਿਪੀਟ ਕਰ ਰਿਹਾ 9876733434 ਸਾਡਾ ਕੰਟੈਕਟ ਨੰਬਰ ਹੈਗਾ ਇੱਕ ਟੋਲ ਫਰੀ ਨੰਬਰ ਹੋਰ ਹੈਗਾ 9647896478 ਇਹ ਸਾਡੇ ਦੋ ਜਿਹੜੇ ਹੈਗੇ ਆ ਕੰਪਨੀ ਦੇ ਇੱਥੇ ਨੰਬਰ ਹੈਗੇ ਆ ਬਾਕੀ ਜੇ ਕੋਈ ਕਸਟਮਰ ਔਨਲਾਈਨ ਦੇਖਣਾ ਚਾਹੇ ਤਾਂ ਗੂਗਲ 'ਤੇ ਜਾ ਕੇ TrueValue.com ਸਰਚ ਕਰਕੇ ਹੁਸ਼ਿਆਰਪੁਰ ਸਿਟੀ ਪਾ ਦਿਓ ਉਹਦੇ ਉੱਤੇ ਵੀ ਤੁਹਾਨੂੰ ਇਹ ਕਾਰ ਦੀ ਜਿਹੜੀ ਹੈਗੀ ਆ ਪ੍ਰਾਈਸ ਅਤੇ ਜਿਹੜੀ ਸਨੈਪ ਜਿਹੜੀਆਂ ਤੁਹਾਨੂੰ ਸ਼ੋਅ ਹੋ ਜਾਣਗੀਆਂ ਸਹੂਲਤਾਂ ਹੀ ਸਹੂਲਤਾਂ ਜਿਹੜੇ ਕਿਸੇ ਨੇ ਗੱਡੀ ਲੈਣੀ ਆ ਚਾਹੇ ਉਹ ਗ੍ਰਾਹਕ ਕੋਈ ਦੇਖ ਰਹੇ ਨੇ ਚਾਹੇ ਦਰਸ਼ਕ ਨੇ ਘਰ ਬੈਠੇ ਤੁਸੀਂ ਵੈਬਸਾਈਟ ਖੋਲੋ TrueValue.com www.truevalue.com ਜੀ ਉੱਥੇ ਜਾ ਕੇ ਤੁਸੀਂ ਇੱਕ ਉੱਪਰ ਆਪਸ਼ਨ ਹੁੰਦਾ ਉੱਥੇ ਹੁਸ਼ਿਆਰਪੁਰ ਸਿਲੈਕਟ ਕਰ ਲੈਣਾ ਸਿਟੀ ਹੁਸ਼ਿਆਰਪੁਰ ਸਿਲੈਕਟ ਕਰ ਲੈਣੀ ਤਾਂ ਕਾਰਾਂ ਘਰ ਬਹਿ ਕੇ ਦੇਖ ਕੇ ਸਿਲੈਕਟ ਕਰਕੇ ਤਾਂ ਇੱਥੇ ਆ ਜਾਓ ਜੇਬ 'ਚ ਪੈਸੇ ਪਾ ਕੇ ਡਾਕੂਮੈਂਟ ਵੀ ਦੱਸਤੇ ਸਾਰਾ ਕੁਝ ਦੱਸਤਾ ਮਨਦੀਪ ਜੀ ਨੇ ਕੰਟੈਕਟ ਨੰਬਰ ਵੀ ਦੱਸਤਾ ਤੁਹਾਡੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਅਤੇ ਜਾਂਦੇ ਜਾਂਦੇ ਫਿਰ ਉਹੀ ਬੇਨਤੀ ਕਿ ਲਾਈਕ ਸਬਸਕ੍ਰਾਈਬ ਫੋਲੋ ਕਰਨਾ ਤੁਸੀਂ ਭੁੱਲ ਜਾਂਦੇ ਆ ਉਹ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਚੰਗੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ ਜਾਂ ਤਾਂ ਤੁਹਾਡੀ ਉਹਦੇ ਨਾਲ ਜਾਣਕਾਰੀ ਵਧੇ ਜਾਂ ਤੁਹਾਡੀ ਕਿਤੇ ਨਾ ਕਿਤੇ ਬੱਚਤ ਹੋ ਸਕੇ ਜਾਂ ਕੰਮ ਕਾਰੋਬਾਰ ਕੋਈ ਨਵਾਂ ਸ਼ੁਰੂ ਕਰਨ ਦੇ ਲਈ ਜਿਹੜੀਆਂ ਆ ਕੋਈ ਆਈਡੀਆਜ਼ ਨੇ ਉਹ ਵੀਡੀਓਜ਼ ਸਾਡੀਆਂ ਰਿਕਾਰਡਡ ਨੇ ਸਿਰਫ ਕੁਝ ਟੈਕਨੀਕਲ ਇਸ਼ੂਜ਼ ਕਰਕੇ ਜਿਹੜੀਆਂ ਉਹ ਅਪਲੋਡ ਨਹੀਂ ਕਰ ਪਾ ਰਹੇ ਡਿਲੇ ਆ ਬਹੁਤ ਜਲਦੀ ਤੁਹਾਨੂੰ ਨਵਾਂ ਵਪਾਰ ਸ਼ੁਰੂ ਕਰਨਾ ਨਵਾਂ ਕੰਮ ਸ਼ੁਰੂ ਕਰਨਾ ਆ ਕਿੱਥੋਂ ਮਾਲ ਮਿਲਦਾ ਕਿੱਦਾਂ ਉਹ ਤੁਸੀਂ ਕੰਮ ਸ਼ੁਰੂ ਕਰ ਸਕਦੇ ਆ ਰੁਜ਼ਗਾਰ ਕਿੱਦਾਂ ਸ਼ੁਰੂ ਕਰ ਸਕਦੇ ਬਹੁਤ ਸਾਰੀਆਂ ਵੀਡੀਓਜ਼ ਬੈਕ ਟੂ ਬੈਕ ਜਿਹੜੀਆਂ ਅਪਲੋਡ ਹੁੰਦੀਆਂ ਰਹਿਣਗੀਆਂ ਵੀਡੀਓ ਕਿੱਦਾਂ ਦੀ ਲੱਗੀ ਫਿਰ ਜਾਂਦੇ ਹੋਏ ਕਹਿਣ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਫੋਲੋ ਕਰਨਾ ਨਾ ਭੁੱਲਿਓ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇੰਨਾ ਸਮਾਂ ਦਿੱਤਾ ਚਾਹ ਪਲਾ ਕੇ ਹਮੇਸ਼ਾ ਭੇਜਦੇ ਆ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਗਾਹਕ ਨੂੰ ਵੀ ਤਾਂ ਸਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਫਿਰ ਮਿਲਾਂਗੇ ਪਾਰਟ 3 ਵੀ ਜ਼ਰੂਰ ਕਰਾਂਗੇ ਜੀ ਠੀਕ ਦਰਸ਼ਕਾਂ ਦੇ ਹੋਰ ਸਵਾਲ ਲੈ ਕੇ ਆਵਾਂਗੇ ਧੰਨਵਾਦ ਜੀ ਜਲਦੀ ਮਿਲਦੇ ਹਾਂ ਸ਼ੁਕਰੀਆ ਚੇਤਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਛੋਟਾ ਧੰਨਵਾਦ ਸ਼ੁਕਰੀਆ